ਸਤਿ ਸ਼੍ਰੀ ਅਕਾਲ ਜੀ, ਮੈਂ ਅਵਰਿੰਦਰ ਕੌਰ ਤੇ ਮੇਰੇ ਹੈਲੋ ਤੁਸੀਂ ਸ਼ੁਰੂ ਵੀ ਕਰ ਦਿੱਤਾ, ਮੈਨੂੰ ਦੱਸ ਤੇ ਦੇਣਾ ਸੀ ਯਾਰ ਕਿ ਮੈਂ ਨਾ ਅੱਗੇ ਤੋਂ ਕੀ ਕਰਿਆ ਕਰਨਾ, ਇੱਕ ਚਿੱਠੀ ਲਿਖਿਆ ਕਰਨੀ ਆ, ਠੀਕ ਹੈ, ਬੋਲਤੀ ਬੰਦ ਨੂੰ, ਟੂ ਡੀਅਰ ਬੋਲਤੀ ਬੰਦ, ਆਪਣਾ ਜਿਹੜਾ ਡੇਲੀ ਡੋਜ਼ ਆ ਇਹ ਸ਼ਾਰਪ ਇੰਡੀਆ ਦੇ ਟਾਈਮ ਦੇ ਅਕੋਰਡਿੰਗ 7:30 ਵਜੇ ਸ਼ੁਰੂ ਹੋ ਜਾਂਦਾ, ਠੀਕ ਹੈ। ਫਿਰ ਤੁਸੀਂ ਘੱਟੋ ਘੱਟ ਦੱਸ ਤੇ ਦਿਓ, ਇੱਕ ਸ਼ਰੀਫ ਜਿਹਾ ਬੰਦਾ ਨਾਲ ਬੈਠਾ ਹੋਇਆ ਤੇ ਉਹਨੂੰ ਤੁਸੀਂ ਹੁਣ ਏਦਾਂ ਬੇਇੱਜ਼ਤੀ ਵਾਲੇ ਪ੍ਰੋਗਰਾਮ 'ਚ ਲਗਾਤਾ। ਹਾਂ, ਇਹ ਪ੍ਰੋਗਰਾਮ ਬੇਇੱਜ਼ਤੀ ਵਾਲਾ? ਨਹੀਂ ਨਹੀਂ, ਮੇਰੀ ਜਿਹੜੀ ਬੇਇੱਜ਼ਤੀ ਹੋਈ ਉਹ ਪ੍ਰੋਗਰਾਮ ਬੇਇੱਜ਼ਤੀ ਪ੍ਰੋਗਰਾਮ। ਫਿਰ ਇਹ ਤਾਂ ਪ੍ਰੋਗਰਾਮ ਬੜਾ ਘੈਂਟ ਆ, ਤਾਂ ਹੀ ਤੂੰ ਦੁਬਾਰਾ ਆ ਗਿਆ। ਆਏ ਟੌਰ ਆ ਨਾ, ਵੈਸੇ ਪ੍ਰੋਗਰਾਮ ਦੇ ਨਾਲ ਟੌਰ ਨਾਲ ਛੜਾ। ਨਹੀਂ, ਇੱਕ ਮੈਨੂੰ ਗੱਲ ਦੱਸੋ, ਵੈਸੇ ਤੁਸੀਂ ਬੂਟ ਤਾਂ ਪਾਏ ਹੋ, ਪੁਰਾਣੇ ਆ ਵੈਸੇ ਕਾਫੀ, ਬਟ ਚਲ ਕੋਈ ਗੱਲ ਨਹੀਂ, ਬਟ ਜਰਾਬਾਂ ਕਿੱਥੇ ਆ, ਨਾ ਨਵੀਆਂ ਨਾ ਪੁਰਾਣੀਆਂ? ਓਹੋ, ਮੈਂ ਤਾਂ ਹੀ ਸੋਚਿਆ ਕੁਛ ਨਾ ਕੁਛ ਤੇ ਮਿਸਿੰਗ ਹੀ ਆ ਮੇਰੇ 'ਚ। ਬੋਲਤੀ ਬੰਦ ਇਸੇ ਲਈ ਬੋਲਤੀ ਬੰਦ ਹੈ। ਬੋਲਤੀ ਕਦੇ ਬੰਦ ਹੁੰਦੀ ਹੈ ਵੈਸੇ? ਹਾਂਜੀ, ਕਦੋਂ? ਜਦੋਂ ਮੈਂ ਪਾਣੀ ਪੂਣੀ ਪੀ ਰਿਹਾ ਹੁੰਦਾ, ਉਦੋਂ ਹੁੱਥੂ ਆ ਸਕਦਾ, ਇਸ ਕਰਕੇ ਨਹੀਂ ਮੈਂ ਬੋਲਦਾ। ਓ ਇੰਟੈਲੀਜੈਂਸ, ਕਿਆ ਬਾਤ। ਅੱਛਾ, ਵੈਸੇ ਬੋਲਤੀ ਬੰਦ, ਤੁਸੀਂ ਅੱਜ ਕਿੱਦਾਂ ਦੀਆਂ ਗੱਲਾਂ ਕਰਨੀਆਂ ਪਸੰਦ ਕਰੋਗੇ? ਮਤਲਬ ਤੁਹਾਨੂੰ ਇਸ ਦੁਨੀਆ ਸਭ ਤੋਂ ਪਿਆਰਾ ਕੀ ਲੱਗਦਾ? ਮੈਨੂੰ ਸਭ ਤੋਂ ਪਿਆਰਾ ਮੇਰਾ ਆਪਣਾ ਆਪ ਲੱਗਦਾ ਆ, ਬੋਲਣਾ ਮੈਨੂੰ ਬੜਾ ਪਸੰਦ ਆ, ਇਸ ਕਰਕੇ ਮੈਂ ਬੋਲਣਾ ਚਾਹਾਂਗਾ। ਅੱਜ ਤੁਸੀਂ ਜੋ ਮੈਨੂੰ ਪੁੱਛੋਗੇ ਮੈਂ ਉਹਦਾ ਜਵਾਬ ਫੜ ਦਊਂਗਾ। ਓਕੇ, ਮਤਲਬ ਤੁਹਾਨੂੰ ਆਪਣਾ ਬਹੁਤ ਪਿਆਰਾ ਲੱਗਦਾ? ਕੈਂਟ ਓਬਵੀਅਸਲੀ ਤੁਸੀਂ ਚਾਹੁੰਦੇ ਹੋਵੋਗੇ ਕਿ ਤੁਹਾਡਾ ਜਿਹੜਾ ਆਪਣਾ ਆਪ ਆ ਨਾ, ਕਦੇ ਵੀ ਕੋਈ ਵੀ ਇਹਨੂੰ ਟੱਚ ਨਾ ਕਰੇ, ਕਦੇ ਕੋਈ ਹਰਟ ਨਾ ਕਰੇ, ਹੈ ਨਾ। ਪਰ ਇੱਕ ਬੰਦਾ ਹੁੰਦਾ ਇਸ ਦੁਨੀਆ 'ਚ ਜਿਹੜਾ ਪਤਾ ਤੁਹਾਡਾ ਆਪਣਾ ਜਿੰਨਾ ਮਰਜ਼ੀ ਪਿਆਰਾ ਹੋਵੇ ਫਿਰ ਵੀ ਤੁਹਾਨੂੰ ਹਰਟ ਰੱਜ ਕੇ ਕਰ ਸਕਦਾ। ਜੋ ਮਰਜ਼ੀ ਹੋ ਜਾਵੇ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਸੋਰੀ ਮੰਮੀ। ਮੈਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ ਆ, ਇਸ ਕਰਕੇ ਮੈਂ ਕਹਿ ਨਹੀਂ ਨਾ ਸਕਦਾ। ਦੇਖੋ ਹੁਣ, ਜੋ ਵੀ ਹੋ ਜਾਵੇ ਦੁਨੀਆ 'ਤੇ ਇੱਕ ਜਣਾ ਹੈ ਜੋ ਤੁਹਾਡੀ ਸਾਰੀ ਤਕਲੀਫ ਵੀ ਲੈ ਲੈਂਦਾ ਅਤੇ ਤੁਹਾਨੂੰ ਸਭ ਤੋਂ ਜ਼ਿਆਦਾ ਤਕਲੀਫ ਵੀ ਦਿੰਦਾ ਚਪੇੜਾ ਮਾਰ ਕੇ। ਐਗਜੈਕਟਲੀ। ਅੱਛਾ, ਤੁਹਾਡੇ ਮੰਮੀ ਤੁਹਾਨੂੰ ਵੈਸੇ ਤਕਲੀਫ ਦਿੰਦੇ ਨੇ? ਨਹੀਂ, ਜਿਹੜੀ ਮੰਮੀ ਦੀ ਬੰਨੀ ਹੋਈ ਰੱਸੀ ਆ ਉਹ ਜ਼ਰੂਰ ਤਕਲੀਫ ਦਿੰਦੀ ਹੈ। ਅੱਛਾ, ਰੱਸੀ ਮਤਲਬ ਓਕੇਜ਼ਨਲੀ ਬੰਨੀ ਜਾਂਦੀ ਹੈ? ਨਹੀਂ ਨਹੀਂ, ਇਹ ਟਾਈਮ ਟੂ ਟਾਈਮ ਬੰਨੀ ਜਾਂਦੀ ਹੈ। ਟਾਈਮ ਟੂ ਟਾਈਮ? ਔਰ ਮੈਂ ਅੱਜ ਦੇ ਸ਼ੋਅ 'ਚ ਖਾਸ ਤੌਰ 'ਤੇ ਹੀ ਪੁੱਛਣ ਵਾਲੀ ਹਾਂ ਬੋਲਤੀ ਬੰਦ ਨੂੰ ਕਿ ਇਹਦੇ ਮੰਮਾ ਇਹਨੂੰ ਕਦੋਂ ਕਦੋਂ ਡਾਂਟਦੇ ਆ, ਮਤਲਬ ਕੋਈ ਖਾਸ ਓਕੇਜ਼ਨ ਹੋਊਗਾ ਨਾ ਜਿਹੜਾ, ਉਹ ਜ਼ਰੂਰ ਦੱਸਣਾ। ਬਟ ਉਹ ਨੋ, ਅੱਜ ਤਾਂ ਪ੍ਰੀਤ ਨਹੀਂ ਆਈ। ਐਕਚੁਅਲ 'ਚ ਨਾ ਇਹ ਸਾਰੀ ਕਹਾਣੀ ਪ੍ਰੀਤ ਵੈਲ ਤਰੀਕੇ ਨਾਲ ਐਕਸਪਲੇਨ ਕਰ ਸਕਦੀ। ਬਿਲਕੁਲ, ਇਸੇ ਕਰਕੇ ਅੱਜ ਮਿੱਤਰ ਹੁਰੀ ਆਪਣੀ ਦੀਦੀ ਨੂੰ ਤਾਲਾ ਲਾ ਕੇ ਆਏ ਨੇ। ਤਾਲਾ ਲਾ ਕੇ ਬੰਨ ਕੇ ਆਏ ਮੰਮੀ ਵਾਲੀ ਰੱਸੀ ਨਾਲ? ਬਿਲਕੁਲ, ਅਤੇ ਉੱਤੋਂ ਮੰਮੀ ਵਾਲੀ ਪੇਟੀ 'ਚ। ਬਟ ਉਹ ਤਾਂ ਲੰਬੀ ਹੈ, ਪੇਟੀ 'ਚ ਆ ਹੀ ਨਹੀਂ ਸਕਦੀ। ਨਹੀਂ ਨਹੀਂ, ਪੇਟੀ ਵੱਡੀ ਸੀ ਨਾ, ਉਹਦੇ 'ਚ ਬੰਨ ਕਰਕੇ ਆਇਆ। ਹਾਂ, ਸਪੈਸ਼ਲ ਬਣਵਾਈ? ਹਾਂ, ਉਹ ਜਿਹੜੇ ਆਉਂਦੇ ਨਹੀਂ ਹੁੰਦੇ ਮੰਮੀ ਹੋਰਾਂ ਦੇ ਨਾਲ, ਉਹ ਫਿਰ ਉਹਦੇ 'ਤੇ ਇੱਕ ਲੀੜਾ ਟੰਗਿਆ ਹੁੰਦਾ ਅਤੇ ਫਿਰ ਪੇਟੀ ਖੋਲੋ ਉਹਦੇ ਵਿੱਚੋਂ ਸਮਾਨ, ਫਿਰ ਇੱਕ ਨਨਣ ਦੇ ਲੈ ਲੈਂਦੀ ਹੈ ਸੂਟ, ਇੱਕ ਭੂਆ ਜੀ ਆ ਕੇ ਚੱਕ ਲੈਂਦੇ, ਉਹ ਵਾਲੀ ਪੇਟੀ। ਤੁਹਾਨੂੰ ਪਤਾ ਕਿ ਤੁਹਾਡੇ ਮੰਮੀ ਦੇ ਸੂਟ ਨਨਣ ਅਤੇ ਭੂਆ ਨੇ ਲਏ ਸੀ? ਹਾਂ, ਮੰਮੀ ਕਹਿੰਦੇ ਹੁੰਦੇ ਆ ਕਈ ਵਾਰੀ ਪਤਾ ਨਹੀਂ ਕਿੱਥੋਂ ਆ ਗਈਆਂ ਸੀਗੀਆਂ, ਸੂਟ ਲੈ ਗਈਆਂ ਸੋਹਣੇ ਸੋਹਣੇ ਚੱਕ ਕੇ। ਓ ਮਾਈ ਗੋਡ। ਚਲੋ, ਇਨ ਸ਼ਾਰਟ ਬੋਲਤੀ ਬੰਦ, ਆਪਾਂ ਅੱਜ ਆਪਣੇ ਵਿਊਅਰਸ ਨਾਲ ਗੱਲ ਕਿਸ ਬਾਰੇ ਕਰਨੀ ਆ? ਓਬਵੀਅਸਲੀ ਤੁਹਾਡੇ ਮੰਮੀ ਬਾਰੇ। ਮੇਰੇ ਮੰਮੀ ਬਾਰੇ? ਮੰਮੀ ਫੇਮਸ ਕਰਨ ਲੱਗੇ ਤੁਸੀਂ ਮੇਰੇ? ਨਹੀਂ, ਸਿਰਫ ਤੁਹਾਡੇ ਮੰਮੀ ਨਹੀਂ, ਆਪਾਂ ਅੱਜ ਤੁਹਾਡੇ ਸਾਰਿਆਂ ਤੋਂ ਇਹ ਪੁੱਛਾਂਗੇ ਕਿ ਤੁਹਾਨੂੰ ਆਪਣੇ ਮੰਮੀ ਤੋਂ ਸਭ ਤੋਂ ਵੱਧ ਡਾਂਟ ਜਿਹੜੀ ਆ ਉਹ ਕਦੋਂ ਪੈਂਦੀ ਹੈ, ਹੈ ਨਾ। ਔਰ ਬੋਲਤੀ ਬੰਦ ਨੇ ਤੇ ਅੱਜ ਸਾਰਾ ਕੁਛ ਸੱਚ ਸੱਚ ਦੱਸਣਾ ਹੈ। ਔਰ ਖਾਸ ਤੌਰ 'ਤੇ ਜਦੋਂ ਬਚਪਨ ਦੀ ਗੱਲ ਕਰਦੇ ਨਾ, ਬਚਪਨ ਤਾਂ ਇਸ ਤਰ੍ਹਾਂ ਦਾ, ਮੰਮੀ ਤੋਂ ਸਭ ਤੋਂ ਵੱਧ ਡਾਂਟ ਬਚਪਨ 'ਚ ਹੀ ਪੈਂਦੀ ਆ। ਵੱਡੇ ਹੋ ਕੇ ਤੇ ਫਿਰ ਮੰਮੀ ਦੀ ਸੁਣਦਾ ਹੀ ਕੌਣ ਹੈ? ਨਹੀਂ, ਵੈਸੇ ਸੁਣਨੀ ਪੈਂਦੀ ਆ, ਹੁਣ ਮੈਨੂੰ ਦੇਖ ਲਓ। ਓਹ, ਬੋਲਤੀ ਬੰਦ ਵੱਡਾ ਹੋ ਗਿਆ ਰੀਅਲੀ? ਜਿਸ ਦਿਨ ਦਾ ਤੁਹਾਨੂੰ ਮਿਲਿਆ। ਆਏ, ਪਰ ਕੋਈ ਫਾਇਦਾ ਨਹੀਂ ਪਤਾ ਕਿਉਂ? ਆ ਦੇਖ, ਤੇ ਫੋਟੋ ਵਾਲਾ ਤਾਂ ਗਾਣਾ ਤੁਸੀਂ ਮੇਰੇ ਨਾਲ ਕਰ ਹੀ ਲਿਆ, ਹੁਣ ਬਚਿਆ ਕੀ? ਚੱਲ ਜਾਣ, ਆਪਾਂ ਤੇਰੇ ਤੋਂ ਸਭ ਤੋਂ ਪਹਿਲਾਂ ਇਹ ਪੁੱਛਾਂਗੇ ਬੋਲਤੀ ਬੰਦ, ਸਭ ਤੋਂ ਵੱਧ ਡਾਂਟ ਪੈਂਦੀ ਕਿਸ ਗੱਲ 'ਤੇ ਆ? ਗੱਲ ਗੱਲ 'ਤੇ, ਮਤਲਬ ਕੋਈ ਵੀ ਗੱਲ ਹੋਵੇ ਮੈਨੂੰ ਡਾਂਟ ਪੈਣੀ ਪੈਣੀ, ਇਹਦਾ ਤਾਂ ਕੋਈ ਲਿਖਿਆ ਹੈ ਹੀ ਨਹੀਂ ਕਿ ਤੈਨੂੰ ਇਸ ਗੱਲ 'ਤੇ ਡਾਂਟ ਨਹੀਂ ਪੈਣੀ। ਮੈਂ ਉਹ ਦਿਨ ਲੱਭਦਾ ਹਾਂ ਜਿਸ ਦਿਨ ਮੈਨੂੰ ਡਾਂਟ ਨਾ ਪਈ ਹੋਵੇ। ਕੋਈ ਵੀ ਨਹੀਂ ਅੱਜ ਤੱਕ ਦੀ ਜ਼ਿੰਦਗੀ 'ਚ? ਫਿਰ ਬੋਲਤੀ ਬੰਦ ਵੱਡਾ ਕਿਵੇਂ ਹੋ ਗਿਆ? ਬਸ ਇੱਦਾਂ ਹੀ ਡਿੱਗਦਾ ਟੈਂਦਾ ਬੋਲਤੀ ਬੰਦ ਵੱਡਾ ਹੋ ਗਿਆ, ਝਿੜਕਾ ਖਾਂਦਾ ਖਾਂਦਾ। ਅੱਛਾ, ਮੈਂ ਨਾ ਅੱਜ ਤੁਹਾਡੀ ਸਕੂਲ ਲਾਈਫ ਬਾਰੇ ਜਾਣਨਾ ਚਾਹੁੰਦੀ ਹਾਂ ਬੋਲਤੀ ਬੰਦ, ਬਿਕੋਜ਼ ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਚੌਥੀ ਵਾਲਾ ਹਿਸਟੋਰੀਕਲ ਡੇ ਚੱਲ ਰਿਹਾ ਨਾ, ਸੈਕਿੰਡ ਵਾਲਾ ਜਿਹੜੀ 4 ਸਾਲ ਤੋਂ ਚੱਲ ਰਹੀ ਹੈ, ਉਹ ਇਤਿਹਾਸ ਜਿਹੜਾ ਆ ਇਹ ਕਿਵੇਂ ਬਣ ਰਿਹਾ ਔਰ ਤੁਹਾਡੇ ਮੰਮਾ ਦੇ ਵਿੱਚ ਕਿੰਨਾ ਕੀ ਯੋਗਦਾਨ ਹੈ? ਪਰ ਮੈਂ ਉਸ ਤੋਂ ਪਹਿਲਾਂ ਕਾਲਰ ਨਾਲ ਗੱਲ ਕਰ ਲਾਂ। ਠੀਕ ਹੈ, ਕਰੀਏ ਆਪਾਂ ਗੱਲ, ਹੈ ਨਾ। ਸਭ ਤੋਂ ਪਹਿਲੇ ਕਾਲਰ ਦੇਖਦੇ ਹਾਂ ਜੇ ਆਪਣੇ ਨਾਲ ਕੌਣ ਨੇ। ਹੈਲੋ
ਗਿੱਲ ਆਂਟੀ ਬੜੀ ਦੂਰੋਂ ਆਵਾਜ਼ ਆ ਰਹੀ ਹੈ। ਹੁਣ ਮੈਂ ਆ ਰਹੀ ਹਾਂ ਟੀਵੀ ਕੋਲ, ਮੈਂ ਨਹੀਂ ਸੀ ਤੁਹਾਡਾ ਸੁਣਿਆ, ਮੈਂ ਥੱਲੇ ਸੀ, ਉੱਪਰ ਆਈ ਹਾਂ ਹੁਣ, ਉੱਪਰ ਵਾਲਾ ਟੀਵੀ ਲਾਇਆ। ਲੈ ਦੱਸ ਦੱਸੋ ਤੁਸੀਂ ਕੀ ਤੁਹਾਡਾ ਕੁਐਸਚਨ ਕੀ ਹੈ? ਮੈਂ ਟੀਵੀ ਕੋਲ ਨਹੀਂ ਹੈਗੀ ਸੀ। ਬੋਲਦੀ ਬੰਦ, ਕੀ ਕੁਐਸਚਨ ਹੈ ਆਪਣਾ? ਕੁਐਸਚਨ ਆਪਣਾ ਅੱਜ ਦਾ ਇਹ ਹੈਗਾ ਹੈ ਕਿ ਤੁਹਾਨੂੰ ਤੁਹਾਡੇ ਮੰਮੀ ਤੋਂ ਡਾਂਟ ਕਿੰਨੀ ਪਈ ਔਰ ਕਿਹੜੀ ਕਿਹੜੀ ਗੱਲ ਤੋਂ ਪਈ ਔਰ ਕਿੱਦਾਂ ਕਿੱਦਾਂ ਪਈ? ਕਦੀ ਕਦੀ ਬੱਚਾ ਸਕੂਲ ਨਹੀਂ ਜਾਈਦਾ ਸੀ ਨਾ, ਹਾਂ, ਬਹਾਨੇ ਬੁਹਾਨੇ ਕਰਕੇ, ਹਾਂ, ਕਿਵੇਂ ਕੁੜੀਆਂ ਰਲ ਕੇ ਸਲਾਹ ਕਰ ਲੈਂਦੀਆਂ ਸਾਂ। ਹਾਂਜੀ, ਭਈ ਆਪਾਂ ਨਹੀਂ ਜਾਣਾ, ਕੋਈ ਆਖੇਗਾ ਬੁਖਾਰ ਚੜ ਗਿਆ, ਕੋਈ ਆਖੇਗਾ ਮੇਰੀ ਆਹ ਹੋ ਗਿਆ, ਕੋਈ ਆਖੇਗਾ ਮੇਰਾ ਪੇਟ ਦਰਦ, ਪੇਟ ਦਰਦ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਨਾ ਕੋਈ ਬੁਖਾਰ ਦਾ ਤਾਂ ਲੱਗ ਜਾਂਦਾ, ਤੇ ਪੇਟ ਜੋ ਕਿਸੇ ਨੂੰ ਕੀ ਪਤਾ, ਜਾਣ ਕੇ ਆਈ ਕਰ ਰਿਹਾ ਕਿ ਪੇਟ ਦਰਦ ਹੈ ਕਿ ਨਹੀਂ। ਗੁੱਡ ਆਈਡੀਆ। ਉਹਦਾ ਡਾਂਟਾ ਡੂੰਟਾ ਪੈ ਜਾਣੀ, ਫਿਰ ਸਾਡੀ ਮਾਂ ਸਾਨੂੰ ਕੁੱਟਦੀ ਕੋਈ ਨਹੀਂ ਸੀ। ਅੱਛਾ, ਨਹੀਂ ਕੁੱਟਦੇ ਸੀ? ਨਾ, ਠੰਡੀ ਬਹੁਤ ਸੀ, ਕੁੱਟਦੀ ਨਹੀਂ ਸੀ, ਮੂੰਹ ਨਾਲ ਆਖਦੀ ਸੀ ਤੁਸੀਂ ਐਂ ਕਿਉਂ ਕੀਤਾ, ਆਹ ਕਿਉਂ ਕੀਤਾ, ਤੁਸੀਂ ਐਂ ਨਹੀਂ ਸੀ ਕਰਨਾ, ਐਂ ਕਰਨਾ ਸੀ, ਐਵੇਂ ਸਾਨੂੰ ਸਮਝਾਉਣ ਦੀ ਸੀ, ਤੇ ਮਾਰਦੀ ਨਹੀਂ ਸੀ ਸਾਡੀ ਮਾਂ, ਨਿੱਕੇ ਨਿੱਕਿਆਂ ਨੂੰ ਵੀ ਨਹੀਂ ਮਾਰਦੀ ਸੀ। ਅਰੇ ਵਾਹ, ਕੀ ਬਾਤ ਹੈ। ਬੱਚਿਆਂ ਕੋਲ ਹੋ ਹੀ ਜਾਂਦੀ ਹੈ ਨਾ ਕਈ ਵਾਰੀ, ਛੋਟੇ ਮੋਟੇ, ਕਈ ਵਾਰ ਘਰੋਂ ਸੇਰੀਆਂ ਨਾਲ ਖੇਡਣ ਚਲੇ ਗਏ, ਟਾਈਮ ਸਿਰ ਨਾ ਆਏ, ਕਈ ਵਾਰ ਸਕੂਲ ਦਾ ਬਹਾਨਾ ਬਣ ਗਿਆ, ਕਈ ਵਾਰੀ ਕਿਸੇ ਚ ਕੱਪੜਿਆਂ ਤੋਂ ਰੁੱਸ ਪੈਣਾ, ਨਿੱਕੇ ਨਿੱਕੇ ਬੱਚਿਆਂ ਦੀਆਂ ਆਦਤਾਂ ਹੁੰਦੀਆਂ ਸੀ ਨਾ, ਫਿਰ ਉਹ ਆਦਤਾਂ ਲੱਭਦੀਆਂ ਕੋਈ ਨਾ, ਰੁੱਸਣ ਵੀ ਕੋਈ ਨੀ ਲੱਭਦਾ, ਮਾਵਾਂ ਵੀ ਨਹੀਂ ਲੱਭਦੀਆਂ, ਸਾਡੀ ਮਾਂ ਵੀ ਨੀ ਲੱਭਦੀ ਹੁਣ, ਬਿਲਕੁਲ ਬਹੁਤ ਆ ਰਹੀਆਂ ਨੇ, ਪਰ ਜਿੰਨਾ ਅਸੀਂ ਭੈਣ ਭਰਾਵਾਂ ਨੇ ਨਾ, ਉਹਨਾਂ ਕੋਲ ਮਾਰ ਨੀ ਖਾਧੀ ਕਿਸੇ ਨੇ ਵੀ, ਮੈਂ ਤੈਨੂੰ ਸੱਚੀ ਦੱਸਾਂ। ਤੁਹਾਨੂੰ ਵੈਸੇ ਤੁਸੀਂ ਆਹ ਕਿਉਂ ਕੀਤਾ, ਇਸ ਤਰ੍ਹਾਂ ਕੀਤਾ ਕਿਉਂ, ਦੇਰ ਲਈ ਕਿਉਂ ਨੀ ਸਕੂਲ ਗਏ, ਜਿਵੇਂ ਜਿਵੇਂ ਬੰਦੇ ਨੂੰ ਸਮਝਾਈਦਾ ਨਾ, ਉਸ ਤਰ੍ਹਾਂ ਕਰਦੇ ਸੀ, ਮਾਰਦੇ ਨਹੀਂ ਸੀ। ਬਾਕੀ ਹੈਗਾ ਕਈ ਮਾਵਾਂ ਦੀ ਆਦਤ ਹੁੰਦੀ ਹੈ, ਬੱਚੇ ਨੂੰ ਛੇਤੀ ਥੱਪੜਾ ਕੁੱਟਣਾ, ਉਹ ਬੱਚਾ ਜਿੱਦੀ ਹੋ ਜਾਂਦਾ, ਉਹ ਕਹਿੰਦਾ ਜੀ ਕੱਲ ਮਾਰ ਪਈ ਸੀ, ਅੱਜ ਫੇਰ ਪੈ ਗਈ, ਨੋ ਪ੍ਰੋਬਲਮ, ਕੋਈ ਗੱਲ ਨੀ। ਪਰ ਮਾਰਨ ਨਾਲੋਂ ਜਿਹੜਾ ਕਲਾਸ ਲਾ ਕੇ ਬਿਠਾ ਕੇ ਬੱਚਿਆਂ ਨੂੰ ਸਮਝਾਉਣਾ ਨਾ, ਮਾਰਨ ਨਾਲੋਂ ਸਭ ਤੋਂ ਬੈਸਟ ਹੁੰਦਾ। ਇੱਕ ਬੱਚੇ ਦਾ ਮਨ ਨੀ ਦੁਖੀ ਹੁੰਦਾ, ਬੱਚਾ ਰੋਂਦਾ ਨਹੀਂ, ਇੱਕ ਜਿਹੜੀ ਉਹਨੇ ਉਹ ਬੱਚੇ ਨੂੰ ਜਿੱਦ ਪੁਣਾ ਨਹੀਂ ਆਉਂਦਾ ਜੀ, ਬਿਲਕੁਲ। ਔਰ ਇਸੇ ਤਰ੍ਹਾਂ ਜਿਹੜਾ ਕਈ ਬੱਚੇ ਕੁੱਟ ਖਾ ਕੇ ਜਿੱਦੀ ਹੋ ਜਾਂਦੇ ਨੇ, ਉਹ ਬੜੀ ਗਲਤ ਗੱਲ, ਜਿਹੜਾ ਮਾਂ ਟੀਚਰਾਂ ਤਰ੍ਹਾਂ ਬਹਿ ਕੇ ਸਮਝਾ ਦੇਗੀ, ਉਹ ਬੱਚੇ ਦੇ ਦਿਮਾਗ 'ਚ ਪਏਗੀ, ਉਹ ਕੱਲ੍ਹ ਉਵੇਂ ਨਹੀਂ ਕਰੇਗਾ, ਇਹ ਮੇਰਾ ਐਕਸਪੀਰੀਅੰਸ। ਐਗਜੈਕਟਲੀ, ਔਰ ਇਹ ਐਕਸਪੀਰੀਅੰਸ ਸਾਰਿਆਂ ਦਾ ਹੀ ਐਵੇਂ ਹੁੰਦਾ, ਸਾਰਿਆਂ ਦੇ ਨਾਲ ਐਵੇਂ ਹੁੰਦਾ। ਬਟ ਬੋਲਦੀ ਬੰਦ, ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ, ਤੁਸੀਂ ਸਕੂਲ ਦੇ ਵਿੱਚ ਟੌਪਰ ਹੈਗੇ ਹੋ? ਮੈਂ ਤਾਂ ਕਦੇ ਟੌਪ ਕੀਤਾ, ਦੂਜੀ ਕਲਾਸ 'ਚ 4 ਵਾਰ ਹੋ, ਤੁਸੀਂ ਕਦੇ ਟੌਪ ਕੀਤਾ? ਕਦੋਂ? ਮੈਂ ਇੱਕ ਵਾਰੀ ਪਾ ਗਿਆ ਸੀ ਦੀਦੀ ਦਾ ਟੌਪ, ਤਾਂ ਫਿਰ ਮੈਂ ਉਦੋਂ ਤੋਂ ਟੌਪਰ ਹੀ ਸਾਬਿਤ ਹੋ ਗਿਆ, ਕਹਿੰਦੇ ਤੂੰ ਟੌਪਰ ਹੀ ਆ। ਵੈਸੇ ਮੈਂ ਇੱਕ ਹਿਸਾਬ ਲਾਇਆ, ਗੱਲਾਂ ਤੋਂ ਪਤਾ ਲੱਗਾ ਕਿ ਮੰਮੀ ਦੀ ਵੀ ਕੈਟਾਗਰੀ ਹੁੰਦੀ ਹੈ। ਅੱਛਾ, ਗੁੱਸੇ ਵਾਲੀ ਮੰਮੀ, ਚਪੇੜਾਂ ਵਾਲੀ ਮੰਮੀ, ਘੂਰਨ ਵਾਲੀ ਮੰਮੀ, ਪਿਆਰ ਵਾਲੀ ਮੰਮੀ ਤੇ ਮੈਂ ਦੇਖੀ ਅੱਜ, ਸਪੈਸ਼ਲੀ ਮੇਰੇ ਨਾਲ। ਪਰ ਸਭ ਤੋਂ ਵੱਧ ਪਿਆਰ ਮੰਮੀ ਕਰਦੀ ਹੈ, ਪਤਾ, ਮੰਮੀ ਤੋਂ ਵੱਧ ਪਿਆਰ ਤੁਹਾਨੂੰ ਕੋਈ ਨਹੀਂ ਕਰ ਸਕਦਾ। ਪਤਾ ਨਹੀਂ ਕਿਉਂ ਉਸ ਪਿਆਰ ਦੇ ਵਿੱਚ ਚੱਪਲ ਸ਼ਾਮਿਲ ਹੁੰਦੀ ਹੈ। ਕੱਲੀ ਚੱਪਲ ਹੀ ਨਹੀਂ, ਨਹੀਂ, ਬੜਿਆ ਕੁਛ ਹੁੰਦਾ, ਮੈਂ ਹੁਣ ਓਪਨ ਲੀ ਨਹੀਂ ਨਾ। ਆਲ ਰਾਈਟ, ਚਲੋ ਆਪਾਂ ਨੈਕਸਟ ਕਾਲਰ ਨਾਲ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹੋ ਰਿਹਾ ਜੀ? ਸਤਿ ਸ਼੍ਰੀ ਅਕਾਲ ਫਰੀਦ ਜੀ। ਹਾਂਜੀ ਜੀ, ਸਰ ਅੱਜ ਗਾਇਬ ਨਹੀਂ ਸਰ, ਗੱਲ ਚੱਲ ਰਹੀ ਹੈ ਅੱਜ ਕਿ ਤੁਹਾਨੂੰ ਸਭ ਤੋਂ ਵੱਧ ਤੁਹਾਡੇ ਮੰਮੀ ਕਿਸ ਗੱਲ ਤੋਂ ਡਾਂਟਦੇ ਸੀ, ਕੀ ਕਹਿਣਾ ਚਾਹੋਗੇ ਮੇਰੇ ਨਾਲ? ਅੱਜ ਬੋਲਤੀ ਬੰਦ ਹੈ। ਅੱਜ ਬੋਲਤੀ ਬੰਦ ਆਇਆ ਜੀ? ਹਾਂਜੀ, ਕੀ ਹਾਲ ਹੈ ਜੀ ਬੋਲਤੀ ਬੰਦ ਜੀ? ਮੈਂ ਕਹਿੰਦਾ ਜੀ ਬੋਲਤੀ ਬੰਦ ਨਾ ਕਰਾ ਦੇਣਾ। ਨਹੀਂ ਨਹੀਂ, ਕੋਈ ਚੱਕਰ ਹੀ ਨਹੀਂ, ਤੁਸੀਂ ਬੋਲੋ। ਮੈਂ ਕਹਿੰਦਾ ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ? ਮੈਂ ਹਾਲ ਤੇ ਠੀਕ ਹੈ, ਚਾਲ ਥੋੜੀ ਜਿਹੀ ਖਰਾਬ ਹੈ। ਕਿਉਂ, ਕੀ ਹੋਇਆ? ਬਸ ਚਾਲ ਮਸਤਾਨੀ। ਅੱਛਾ, ਚਾਲ ਮਸਤਾਨੀ। ਅੱਛਾ ਫਿਰ ਹੁਣ ਤੁਸੀਂ ਦੱਸੋ, ਤੁਹਾਨੂੰ ਕਿਹੜੀ ਗੱਲ ਤੋਂ ਡਾਂਟ ਪਈ ਹੈ ਤੁਹਾਡੇ ਮੰਮਾ ਤੋਂ ਕਦੀ? ਮਾਮਾ ਡਾਂਟਦੀ ਆ, ਪੜ੍ਹਾਈ ਦੇ ਉੱਤੇ ਪੜ੍ਹਦਾ ਨਹੀਂ ਹੈ, ਸਾਰਾ ਦਿਨ ਅਵਾਰਾ ਗਰਦੀ ਕਰਦਾ ਰਹਿੰਦਾ, ਗਲੀ ਗਲੀ ਫਿਰਦਾ ਰਹਿੰਦਾ ਹੈ, ਬਿਲਕੁਲ, ਇਸ ਲਈ ਅੰਮੀ ਡਾਂਟਦੀ ਹੁੰਦੀ ਸੀ। ਤੇ ਤੁਸੀਂ ਉਹਨਾਂ ਦੀ ਗੱਲ ਮੰਨ ਲੈਂਦੇ ਸੀ ਵੈਸੇ ਪੜ੍ਹਨ ਲਿਖਣ ਦੇ ਮਾਮਲੇ 'ਚ? ਕਦੀ ਮੰਨ ਲਈਦੀ ਸੀ, ਕਦੀ ਜਾਇਜ਼ ਹੁੰਦੀ ਸੀ ਤੇ ਮੰਨ ਲੈਂਦੇ ਸੀ, ਨਹੀਂ ਜਾਇਜ਼ ਹੁੰਦੀ ਸੀ ਤੇ ਨਹੀਂ ਮੰਨਦੇ ਸੀ। ਮੂਡ ਦੀ ਗੱਲ ਹੁੰਦੀ ਹੈ ਨਾ। ਐਗਜ਼ੈਕਟਲੀ, ਔਰ ਬੱਚਿਆਂ ਦਾ ਹੁਣ ਸੋਚੀਦਾ ਸਾਨੂੰ ਨਹੀਂ ਕਰਨਾ ਚਾਹੀਦਾ ਸੀ, ਮਗਰ ਜ਼ਮਾਨਾ ਐਸਾ ਸੀ, ਲੜਕਪਨ ਤੇ ਹੌਸਲੇ ਤੇ ਸਭ ਜਾਇਜ਼ਾਂ ਸੀ ਚੀਜ਼ਾਂ। ਐਗਜ਼ੈਕਟਲੀ, ਔਰ ਜਿੰਨੀ ਦੇਰ ਤੱਕ ਸਾਰੇ ਐਕਸਪੈਰੀਮੈਂਟ ਕਰਕੇ ਨਾ ਦੇਖੋ, ਉਨੀ ਦੇਰ ਤੱਕ ਮਜ਼ਾ ਵੀ ਨਹੀਂ ਆਉਂਦਾ। ਬਿਲਕੁਲ, ਇਸੇ ਕਰਕੇ ਬੋਲਤੀ ਬੰਦ ਹੈ ਨਾ। ਇਹ ਬੋਲਤੀ ਬੰਦ ਕਰਨ ਵਾਲੀ ਆ ਮੈਂ ਹੁਣ, ਬਸ ਥੋੜੀ ਦੇਰ ਲਈ, ਬਿਕੋਜ਼ ਬ੍ਰੇਕ ਦਾ ਟਾਈਮ ਹੋ ਗਿਆ। ਅੱਛਾ ਅੱਛਾ, ਐਦਾਂ
ਕਰ ਦੋ। ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਡੇਲੀ ਡੋਸ, ਤੁਸੀਂ ਦੇਖ ਰਹੇ ਹੋ ਤੇ ਅੱਜ ਮੈਂ ਤੁਹਾਡੇ ਸਾਰਿਆਂ ਤੋਂ ਤੇ ਬੋਲਤੀ ਬੰਦ ਤੋਂ ਇਹ ਪੁੱਛ ਰਹੀ ਹਾਂ ਕਿ ਐਕਚੁਅਲ 'ਚ ਮੰਮੀ ਸਾਨੂੰ ਇਹਨੇ ਡਾਂਟਦੀ ਕਿਉਂ? ਬੋਲਤੀ ਬੰਦ ਵੈਸੇ ਅੱਜ ਕੱਲ੍ਹ ਤੁਹਾਨੂੰ ਕਿਸ ਗੱਲ ਤੋਂ ਜ਼ਿਆਦਾ ਡਾਂਟ ਪੈਂਦੀ? ਕਿਹੜਾ ਮੌਸਮ ਚੱਲਣ ਡਿਆ? ਗਰਮੀਆਂ ਦਾ ਓਬਵੀਅਸਲੀ। ਗਰਮੀਆਂ 'ਚ ਅਲੱਗ ਤਰੀਕੇ ਦੀ ਡਾਂਟ ਪੈਂਦੀ ਹੈ। ਉਹ ਰੀਅਲੀ ਮੌਸਮੀ ਡਾਂਟ ਹੈ? ਹੋਰ ਕੀ, ਤੁਹਾਨੂੰ ਨਹੀਂ ਪਤਾ? ਨਾ, ਮੰਮੀ ਦੇ ਬਦਲਦੇ ਹੋਏ ਗੁੱਸੇ ਦੇ ਮੌਸਮ ਦੇ ਨਾਲ ਨਾਲ ਜਿਹੜਾ ਇਹ ਐਟਮੋਸਫੇਅਰ ਵੀ ਹੈ ਇਹ ਸ਼ਾਮਿਲ ਹੁੰਦਾ ਹੈ ਉਹਨਾਂ ਦੇ ਨਾਲ, ਕਿਵੇਂ ਗਰਮੀ ਸਰਦੀ ਦੋਨੋਂ। ਸਰਦੀਆਂ ਦੇ ਵਿੱਚ ਡਿਫਰੈਂਟ ਟਾਈਪ ਆਫ ਪੈਂਦੀ ਹੈ ਡਾਂਟ ਅਤੇ ਗਰਮੀਆਂ ਦੇ ਵਿੱਚ ਡਿਫਰੈਂਟ ਟਾਈਪ ਆਫ ਡਾਂਟ ਪੈਂਦੀ ਹੈ। ਅੱਛਾ, ਮਤਲਬ ਡਿਟੇਲ ਦੇ ਵਿੱਚ ਪੁੱਛਾਂ ਕਿ ਠੀਕ ਆ ਉਦਾਂ ਹੀ ਸਰ ਜਾਊਗਾ? ਨਹੀਂ, ਮੈਂ ਕਲੀਅਰ ਕਰ ਦੇਣਾ। ਦੇਖੋ ਜੀ, ਗਰਮੀਆਂ ਦੇ ਵਿੱਚ ਡਾਂਟ ਸ਼ੁਰੂ ਹੁੰਦੀ ਹੈ ਫਰਿੱਜ ਤੋਂ। ਜਿੱਦਾਂ ਹੀ ਫਰਿੱਜ ਖੁੱਲੇਗਾ ਨਾਲ ਹੀ ਡਾਂਟ, ਉਹ ਬੰਦ ਕਰ ਦੇ ਇਹਨੂੰ, ਬੱਤੀ ਹੈ ਨਹੀਂ ਸਵੇਰ ਦੀ। ਅੱਛਾ ਚਲੋ ਠੀਕ ਹੈ, ਫਿਰ ਪੈਂਦੀ ਉਹ ਬੋਤਲਾਂ ਤੋਂ ਖਾਲੀ ਕਰਕੇ ਸੁੱਟ ਦਿੱਤੀਆਂ ਭਰ ਤੇ ਦੇ ਬਸ। ਹੋਰ ਤੇ ਹੋਰ ਬਰਫ਼ ਜੇ ਨਾ ਜੰਮੇ ਉਹਦਾ ਵੀ ਕਸੂਰ ਮੇਰੇ ਸਿਰ। ਸਾਰਾ ਦਿਨ ਫਰਿੱਜ ਖੋਲ ਕੇ ਰੱਖੋਗੇ ਤਾਂ ਫਿਰ ਆਈ ਹੋਣਾ? ਨਹੀਂ ਨਹੀਂ, ਪਰ ਉੱਪਰ ਵਾਲਾ ਫਰੀਜ਼ਰ ਤਾਂ ਮੈਂ ਖੋਲਦਾ ਹੀ ਨਹੀਂ ਨਾ, ਪਰ ਫਿਰ ਵੀ ਕਿਉਂਕਿ ਮੇਰਾ ਹੱਥ ਨਹੀਂ ਪਹੁੰਚਦਾ ਉੱਥੇ ਤੱਕ। ਜੇ ਕਿਤੇ ਓ ਮਾਈ ਗੋਡ, ਕਿਤੇ ਤੇ ਬੋਲਤੀ ਪੰਜ ਦੀ ਪਹੁੰਚ ਜਿਹੜੀ ਆ ਉਹ ਨਹੀਂ ਹੈਗੀ ਨਾ, ਕੋਈ ਚੀਜ਼ ਤੇ ਤੁਹਾਡੀ ਪਹੁੰਚ ਤੋਂ ਦੂਰ ਹੈ। ਇਹ ਤਾਂ ਮੈਂ ਸਿਰਫ ਮੰਮੀ ਨੂੰ ਸੁਣਾਉਣ ਲਈ ਕਿਹਾ ਸੀ, ਆਪਾਂ ਤੇ ਫੱਟਾ ਲਾ ਕੇ ਖੋਲ ਲਈਦਾ। ਓਕੇ, ਸਰਦੀਆਂ 'ਚ ਕਿਹੋ ਜਿਹੀ ਡਾਂਟ ਪੈਂਦੀ? ਸਰਦੀਆਂ 'ਚ ਆਈਸਕ੍ਰੀਮ ਵਾਲੀ ਡਾਂਟ ਪੈਂਦੀ ਹੈ। ਹੈਗੇ 20 ਰੁਪਏ ਤੁਹਾਡੇ ਕੋਲ? ਮੈਂ ਆਈਸਕ੍ਰੀਮ ਖਾਇਆ। ਨਹੀਂ, ਮੇਰੇ ਕੋਲ ਜ਼ਿਆਦਾ ਨੇ। ਅੱਛਾ, ਬੱਜਾ ਨੋਟ ਆ, ਖੁੱਲੇ ਨਹੀਂ ਹੈਗੇ। ਇਹੀ ਬਹਾਨਾ ਮੰਮੀ ਕੋ ਹੁੰਦਾ, ਬੱਜਾ ਨੋਟ ਆ, ਖੁੱਲੇ ਨਹੀਂ ਹੈਗੇ। ਮਤਲਬ ਜੇ ਤੁਸੀਂ ਖੁੱਲੇ ਨਹੀਂ ਰੱਖਣੇ ਹੁੰਦੇ, ਬੱਜੇ ਨੋਟ ਨੂੰ ਤੁੜਵਾ ਤੇ ਲਓ, ਨਹੀਂ ਦੇਣੇ ਨਾ ਦਿਓ। ਫਿਰ ਦੇਖੋ, ਕਹਿੰਦੇ ਕਿ ਮੁੰਡਾ ਵਿਆਹਿਆ ਤੇ ਗਿਆ, ਨੋਟ ਤਣਾਇਆ ਤੇ ਗਿਆ। ਤੇ ਮੈਂ ਫਿਰ ਕਿਹਾ, ਮੈਂ ਕਿਹਾ ਵਿਆਹ ਹੀ ਕਰ ਦਿਓ, ਜੇ ਜਾਣਾ ਹੀ ਆ ਤੇ ਕਿਸੇ ਪਾਸੇ ਤੇ ਜਾਵਾਂ, ਜਾਂ ਵਿਆਹ ਵਾਲੇ ਪਾਸੇ ਜਾਂ ਆਈਸਕ੍ਰੀਮ ਪਾਸੇ। ਫਿਰ ਜਦੋਂ ਵਿਆਹ ਹੋ ਗਿਆ ਨਾ, ਫਿਰ 20 ਰੁਪਏ ਨਾਲ ਸਰਿਆ ਵੀ ਨਹੀਂ ਕਰਨਾ। ਅੱਛਾ, ਜ਼ਿਆਦਾ ਚਾਹੀਦੀ ਆਈਸਕ੍ਰੀਮ ਵਾਸਤੇ ਵੀ? ਓਹੋ, ਜੇ ਅਗਲੀ ਨੇ 3-4 ਇਕੱਠੀਆਂ ਲੈ ਲਈਆਂ ਫਿਰ। ਆਈਡੀਆ ਆ ਗਿਆ ਮੇਰੇ ਕੋਲ, ਜੇ ਮੈਂ ਕੁਲਫੀ ਵਾਲੇ ਦੀ ਬੇਟੀ ਨਾਲ ਵਿਆਹ ਕਰ ਲਾਂ ਫਿਰ ਮੈਂ ਸੇਫ ਆ। ਓਕੇ ਫਾਈਨ, ਠੀਕ ਆ, ਕੁਲਫੀ ਵਾਲੇ ਦੀ ਬੇਟੀ ਨਾਲ ਵਿਆਹ ਕਰਾਉਣਾ, ਮੈਂ ਨੈਕਸਟ ਕਾਲਰ ਨਾਲ ਗੱਲ ਕਰ ਲਾਂ, ਇਸੇ ਗੱਲ ਤੇ ਰਹਿਣਾ। ਓਕੇ, ਹੈਲੋ। ਹੈਲੋ, ਹਾਂਜੀ ਅਵਰਿੰਦਰ ਜੀ ਤੇ ਬੋਲਤੀ ਬਾਂ ਜੀ, ਬਹੁਤ ਬਹੁਤ ਸਲਾਮ ਪੇਸ਼ ਕਰਨਾ ਅਹਿਮਦ ਬੋਲ ਰਿਹਾ ਜੀ। ਸਲਾਮ ਅਹਿਮਦ ਜੀ, ਕੀ ਹਾਲ ਚਾਲ ਤੁਹਾਡਾ? ਬਹੁਤ ਵਧੀਆ, ਬਹੁਤ ਵਧੀਆ। ਤੇ ਵਿਸ਼ਾ ਵੀ ਸੋਹਣਾ ਰੱਖਿਆ ਕਿ ਮਾਂ ਜਿਹੜਾ ਨਾ, ਤੁਹਾਨੂੰ ਕਦੀ ਮਾਂ ਨੇ ਡਾਂਟਿਆ ਜਾਂ ਮਾਰਿਆ? ਕਿਸ ਗੱਲ ਤੇ ਜ਼ਿਆਦਾ ਡਾਂਟਿਆ? ਵੈਸੇ ਇਦਾਂ ਤੇ ਕਦੇ ਹੁੰਦਾ ਹੀ ਨਹੀਂ ਕਿ ਮਾਂ ਨੇ ਕਦੇ ਡਾਂਟਿਆ ਨਾ ਹੋਵੇ। ਨਹੀਂ, ਡਾਂਟਦੇ ਨੇ ਬਸ, ਦਬਕਾ ਸ਼ਬਕਾ ਮਾਰ ਦਿੰਦੇ, ਸਮ ਵਾਲਦਾ ਨੇ, ਕਦੀ ਮਾਰਿਆ ਨਹੀਂ, ਕਦੀ ਯਾਦ ਨਹੀਂ ਕਿ ਮਾਂ ਨੇ ਜੀ ਮਾਰਿਆ ਹੋਵੇ। ਬਾਪ ਜਾਂ ਵੱਡਾ ਭਾਈ ਬਹੁਤ ਸਖ਼ਤ ਮਾਰਦੇ ਸਨ ਜੀ ਜੀ, ਲੇਕਿਨ ਵਾਲਦਾ ਨੇ ਕਦੀ ਨਹੀਂ। ਅਰੇ, ਬਲਕਿ ਸਾਨੂੰ ਮਾਰ ਪੈਣੀ ਤੇ ਅਸੀਂ ਬੰਟੇ ਬੜਾ ਖੇਡਦੇ ਸਾਂ ਜੀ, ਅਖਰੋਟ ਬੰਟੇ, ਤੇ ਉਹਦੇ ਤੋਂ ਬੜੀ ਮਾਰ ਪੈਂਦੀ ਸੀ। ਤੇ ਅਖੀਰ ਨਾ ਉਹਨਾਂ ਨੇ ਇੱਕ ਦਿਨ ਸਾਡੇ ਵਜ਼ੂ ਕਰਾ ਕੇ ਨਾ, ਤੇ ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜੇ, ਅਸੀਂ ਮੰਨਦੇ ਕੁਰਾਨ ਸ਼ਰੀਫ ਨੂੰ, ਤੇ ਵਾਲਦਾ ਨੇ ਕਿਹਾ ਕਿ ਤੁਸੀਂ ਹਰ ਵਾਰੀ ਰੋਜ਼ ਕੁੱਟ ਖਾਂਦੇ ਜੇ, ਤੁਹਾਡੇ ਸਹੁੰ ਚੁਕਾਉਣੀ ਹੈ ਤੁਹਾਨੂੰ, ਵਜ਼ੂ ਕਰਾ ਕੇ ਸਾਨੂੰ ਜੀ। ਉਹਨਾਂ ਨੂੰ ਅੱਛਾ ਨਹੀਂ ਸੀ ਲੱਗਦਾ, ਮਾਰ ਪੈਂਦੀ ਸੀ ਨਾ ਜੀ। ਫਿਰ ਅਸੀਂ ਉਹ ਵਜ਼ੂ ਕਰਕੇ ਤੇ ਕਸਮ ਖਾ ਲਈ ਜੀ, ਫਿਰ ਤਾਂ ਉਹ ਛੱਡਿਆ ਬੰਟੇ ਖੇਡਣਾ ਤੇ ਉਹ ਜਿਹੜਾ ਕਰੋੜ ਖੇਡਣਾ। ਓ, ਛੱਡ ਦਿੱਤੇ ਨਾ ਫਾਈਨਲੀ? ਹਾਂ, ਛੱਡ ਦਿੱਤੇ ਫਿਰ। ਤੇ ਫਿਰ ਜਦੋਂ ਸੌਂ ਜੀ ਖਾ ਲਈ, ਤੇ ਫਿਰ ਪਤਾ ਹੁੰਦਾ ਵਾ ਬਈ, ਉਦੋਂ ਬਚਪਨ ਸੀ ਨਾ, ਤੇ ਬੜਾ ਬੰਦੇ ਨੂੰ ਹੁੰਦਾ ਸੀ, ਅੱਜ ਭਾਵੇਂ ਸੌਂ ਖਾ ਕੇ ਫਿਰ ਉਹੀ ਕੰਮ ਕਰਨ ਡੇ ਹੁੰਦੇ। ਪੁਰਾਣੇ ਜ਼ਮਾਨੇ ਦੀਆਂ ਸੋਹਾਂ ਵੀ ਪੱਕੀਆਂ ਹੁੰਦੀਆਂ, ਹੁਣ ਕਾ ਅੱਜ ਕੱਲ ਦੀਆਂ ਤੇ ਅੱਜ ਕਹਿੰਦੇ ਅੱਜ ਮਰੇ ਕੱਲ ਦੂਆ ਦਿਨ, ਕੋਈ ਪਤਾ ਨੀ ਲੱਗਦਾ ਕਿਸੇ ਨੂੰ। ਤੇ ਬਹੁਤ ਅੱਛਾ ਤੁਸੀਂ ਵਿਸ਼ਾ ਰੱਖਿਆ। ਤੇ ਬੋਲਤੀ ਬੰਦ ਜਿਹੜਾ ਨਾ, ਇਹ ਆਪਣਾ ਹੁਣ ਮੇਰੇ ਖਿਆਲ ਤੁਹਾਡੇ ਕੋਲ ਪੱਕਾ ਹੀ ਆਉਣ ਲੱਗ ਪਿਆ ਨੇ। ਐਗਜ਼ੈਕਟਲੀ ਦੱਸੋ, ਇਹ ਤੇ ਆਪਣੇ ਘਰ ਦਾ ਬੰਦਾ, ਜਦੋਂ ਮਰਜ਼ੀ ਬੁਲਾ ਲਓ। ਓ, ਮੈਂ ਇਹਨਾਂ ਦਾ ਬੰਦਾ? ਮਤਲਬ ਘਰ ਦਾ ਬੰਦਾ? ਅੱਛਾ, ਹਾਂਜੀ, ਥੈਂਕ ਯੂ ਅੰਕਲ। ਘਰ ਕੀ ਮੁਰਗੀ ਦਾਲ ਬਰਾਬਰ? ਨਹੀਂ, ਪਰ ਮੈਂ ਤਾਂ ਮੁਰਗਾ ਆ। ਫਿਰ ਮੈਂ ਕਿਹਾ ਚਲੋ ਥੈਂਕ ਯੂ ਸਰ। ਘਰ ਕੀ ਮੁਰਗੀ ਦਾਲ ਬਰਾਬਰ ਆ, ਤੇ ਫਿਰ ਜੇ ਘਰ ਦਾ ਮੁਰਗਾ ਫਿਰ ਕਿਹਦੇ ਬਰਾਬਰ? ਸਾਗ
मम्मी फटाफट जो कुछ ना बनाने का मूड हो मम्मी फटाफट खिचड़ी बना के खवा दें मतलब इस गल का कोई मतलब नहीं है पर मैं याद आई जी अच्छा कदे थोड़े घर ऐ नहीं होया एक तो मेरा मूड खराब है उस तो मम्मी ने खिचड़ी बनाती अच्छा वैसे थोड़ा थोड़ा जेड़ा मूड ज्यादा खराब हुंदा किस गल तो मम्मी दी किस गल तो मम्मी जी इस गल तो हुंदा है जदों मम्मी पूरे पूरे निशाने ते मार देंदे है ओह माय गॉड छड्ड गए ते मूड मेरा उदों सही हुंदा जदों निशाना चुक जांदा ओह माय गॉड ऑल राइट नेक्स्ट कॉल लेने जी अब हेलो हेलो ਤੁਸੀਂ ਫੋਨ ਤੋਂ ਦੂਰ ਚਲੇ ਗਏ ਜਨਾਬ ਨੈਕਸਟ ਕਾਲਰ ਨਾਲ ਗੱਲ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲਵਿੰਦਰ ਮੈਮ ਕੀ ਹਾਲ ਚਾਲ ਬਸ ਵਧੀਆ ਬਹੁਤ ਵਧੀਆ ਤੁਹਾਡੇ ਹਾਲ ਵੇਖ ਕੇ ਹੋਰ ਵਧੀਆ ਅਰੇ ਥੈਂਕ ਯੂ ਸੋ ਮਚ ਅੱਛਾ ਤੁਹਾਡੇ ਮੰਮਾ ਤੁਹਾਨੂੰ ਕਦੋਂ ਡਾਂਟਦੇ ਸੀ ਸਤਿ ਸ਼੍ਰੀ ਅਕਾਲ ਹਾਂ ਕੀ ਹਾਲ ਹੈ ਮੈਂ ਕਹਿੰਦਾ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਨਾਮ ਤੇਰਾ ਬੋਲਤੀ ਬੰਦ ਰੱਖਿਆ ਤੇ ਬੋਲਣਾ ਤੂੰ ਸਭ ਤੋਂ ਜ਼ਿਆਦਾ ਦੇ ਉਹ ਜਵਾਬ ਨਹੀਂ ਹੁਣ ਹੋ ਗਈ ਮੇਰੀ ਹਾਂਜੀ ਨਾਲੇ ਤੇਰਾ ਸੌਦਨ ਦਾ ਮੈਂ ਰਿਸ਼ਤਾ ਕਰਾਇਆ ਵੇਖ ਲੈ ਕੁੜੀ ਆਪਣੀ ਗੋਤ ਵਾਲੀ ਲਵ ਯੂ ਮੇਰਾ ਰਿਸ਼ਤਾ ਓਕੇ ਐਗਜ਼ੈਕਟ ਉਹਦੇ ਨਾਲ ਪੱਕੀ ਠੱਕੀ ਲੱਭ ਕੇ ਦੋ ਨਾ ਫਿਰ ਪੱਕੇ ਰੰਗ ਕੁੜੀ ਚਾਹੀਦੀ ਹੈ ਨਹੀਂ ਪੱਕੀ ਇਨ ਦਾ ਸੈਂਸ ਪੱਕੀ ਉਧਰ ਪੱਕੀ ਕਿਤੇ ਦੇਖ ਲੋ ਕਿਤੇ ਟੁੱਕਾ ਲੱਗ ਹੀ ਮੁੰਡਾ ਦੂਜੀ ਪੜਿਆ ਪਹਿਲੀ ਪੜੀ ਉਧਰਲੀ ਅੱਛਾ ਅੱਛਾ ਉਧਰਲੀ ਤੇ ਪਹਿਲੀ ਪੜੀ ਹੋਣੀ ਆ ਠੀਕ ਹੈ ਮੈਨੂੰ ਮਨਜ਼ੂਰ ਹੈ ਰਿਸ਼ਤਾ ਠੀਕ ਹੈ ਠੀਕ ਹੈ ਕੁੜੀ ਨੀ ਲੱਭੀ ਹਲੇ ਕੁੜੀ ਲੱਭੀ ਥੋੜੀ ਹਲੇ ਅੱਛਾ ਅੱਛਾ ਲੱਭਣੀ ਆ ਹਾਂ ਅੱਛਾ ਬਲਵਿੰਦਰ ਮੈਮ ਤੁਹਾਡੇ ਮੰਮਾ ਤੁਹਾਨੂੰ ਕਿਸ ਗੱਲ ਤੋਂ ਡਾਂਟਦੇ ਸੀ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਤੇ ਜਦੋਂ ਆਪਾਂ ਜ਼ਿਆਦਾ ਉਦੋਂ ਛੋਟੇ ਛੋਟੇ ਹੁੰਦੇ ਸੀ ਤੇ ਆਪਾਂ ਜ਼ਿਆਦਾ ਚਟੱਪ ਖੇਡਣੇ ਲੁੱਕਣ ਮੀਟੀਆਂ ਖੇਡਣੀਆਂ ਖੇਡਦੇ ਖੇਡਦੇ ਟਾਈਮ ਦਾ ਹੀ ਨਹੀਂ ਸੀ ਪਤਾ ਹੁੰਦਾ ਕਿੰਨਾ ਹੋ ਗਿਆ ਕੀ ਹੋ ਗਿਆ ਜੀ ਜੀ ਜਦੋਂ ਘਰ ਆਣੇ ਤੇ ਅੱਗੇ ਨੂੰ ਐਨ ਮੰਮਾ ਗਰਮ ਹੁੰਦੀ ਸੀ ਚੱਲ ਜਰਾ ਅੰਦਰ ਚਲੋ ਤੁਸੀਂ ਅੱਛਾ ਅੱਛਾ ਬਲਵਿੰਦਰ ਮੈਮ ਕਦੇ ਘਰ ਦੇ ਕੰਮ ਤੋਂ ਡਾਂਟ ਨਹੀਂ ਪਈ ਵੀ ਇੰਨੀਆਂ ਵੱਡੀਆਂ ਹੋ ਗਈਆਂ ਕੰਮ ਨਹੀਂ ਕਰਦੇ ਨਾ ਭਾਂਡੇ ਨਹੀਂ ਧੋਤੇ ਕਦੇ ਰੋਟੀ ਪਕਾਉਣੀ ਨਹੀਂ ਸਿੱਖੀ ਨਹੀਂ ਨਹੀਂ ਬੇਟਾ ਅਦੂ ਆਪਾਂ ਟਾਈਮ ਨਾਲ ਬਹੁਤ ਵਧੀਆ ਟਾਈਮ ਨਾਲ ਛੋਟੇ ਛੋਟੇ ਜਲਦੀ ਰੋਟੀ ਰਾਟੀ ਪਕਾ ਲੈਣੀ ਕੰਮ ਕਰਨਾ ਕੰਮ ਆਪਾਂ ਵੰਡੇ ਹੁੰਦੇ ਸੀ ਆਪਣੇ ਆਪਣੇ ਫਿਕਰ ਨਾਲ ਕੰਮ ਕਰ ਲੈਣੇ ਪਤਾ ਨਹੀਂ ਸੀ ਹੁੰਦਾ ਜੀ ਤੇ ਟਾਈਮ ਨਾਲ ਹੀ ਵਿਹਲੇ ਹੋ ਕਿਤੇ ਫੇਰ ਭਾਵੇਂ ਖੇਡੋ ਕਰੋ ਜੋ ਮਰਜ਼ੀ ਕਰੋ ਸਕੂਲ ਟੁੱਟ ਜਾਣਾ ਬਾਅਦ ਚ ਆ ਕੇ ਤੇ ਫੇਰ ਰੋਟੀ ਪਾਣੀ ਪਾਣੀ ਤੇ ਭਾਂਡੇ ਭੁੰਡੇ ਅਸੀਂ ਜਿਹੜੀ ਲੁੱਕੜ ਮਿੱਟੀ ਸੀ ਨਾ ਉਹ ਤਾਂ ਬੜਾ ਪੁਆੜਾ ਸੀ ਨਾ ਕੋਈ ਲੱਭੇ ਨਾ ਕੋਈ ਕਰੇ ਕਰੇ ਕਿੱਥੇ ਕਿੱਥੇ ਵੜ ਜਾ ਉਦੋਂ ਤੇ ਸਾਰੇ ਸਾਰੇ ਪਿੰਡ ਦੇ ਬੱਚੇ ਰਲ ਕੇ ਖੇਡਦੇ ਸੀ ਕੋਈ ਕਿਸੇ ਦੇ ਘਰ ਕੋਈ ਕਿਸੇ ਦੇ ਘਰ ਹੈ ਨਾ ਹਾਂਜੀ ਹਾਂਜੀ ਉਦੋਂ ਤੇ ਮੁੰਡੇ ਕੁੜੀਆਂ ਦਾ ਪਤਾ ਹੀ ਨਹੀਂ ਸੀ ਹੁੰਦਾ ਬੇਟਿਆ ਉਦੋਂ ਮੁੰਡੇ ਨਾਲ ਹੁੰਦੇ ਸੀ ਬਰਾਬਰ ਖੇਡਣਾ ਕਰਨਾ ਪਤਾ ਹੀ ਨਹੀਂ ਸੀ ਹੁੰਦਾ ਜੀ 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 ਜਿਹੜੇ ਜਿੱਥੇ ਜਾ ਕੇ ਛਿਪਣਾ ਇਕੱਠੇ ਹੀ ਲੁੱਕ ਜਾਣਾ ਪਤਾ ਹੀ ਨਹੀਂ ਸੀ ਹੁੰਦਾ ਐਗਜ਼ੈਕਟਲੀ ਥੈਂਕ ਯੂ ਸੋ ਮਚ ਮੈਮ ਕਾਲ ਕਰਨ ਲਈ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੁਹਾਡੇ ਲਈ ਰਿਸ਼ਤਾ ਇਹਨਾਂ ਨੇ ਲੰਬਣਾ ਯਾਦ ਰੱਖੇ ਹੁਣ ਮੈਨੂੰ ਨਹੀਂ ਕਹਿਣਾ ਹੁਣ ਦੁਬਾਰਾ ਠੀਕ ਹੈ ਮੈਂ ਫਿਰ ਕਰਾਵਾਂ ਤੁਹਾਡੀ ਬੋਲਤੀ ਬੰਦ ਬ੍ਰੇਕ ਲੈ ਲਓ ਤੁਸੀਂ ਮੈਨੂੰ ਲੱਗ ਗਿਆ ਸੀ ਪਤਾ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਹਾਜ਼ਰ ਹਾਂ ਮੈਂ ਤੇ ਮੇਰੇ ਨਾਲ ਨੇ ਅਵੀ ਜੀ। ਹਾਏ ਮੇਰਾ ਛੋਟਾ ਨਾਮ ਕਿਸਨ, ਜਲਦੀ ਸਮਝ ਆ ਜਾਊਗਾ ਪਤਾ। ਤੁਹਾਡਾ ਨਾਮ ਬੜਾ ਕਿਊਟ ਆ ਅਵੀ। ਯੈਸ ਅਵਰਿੰਦਰ ਕੌਰ। ਅਵਰਿੰਦਰ ਕੌਰ ਅਸਾਂ ਤੁਹਾਨੂੰ ਕਦੀ ਡਾਂਟ ਨੀ ਪਈ? ਮੈਨੂੰ ਤਾਂ ਬਹੁਤ ਡਾਂਟ ਪੈਂਦੀ ਸੀ ਬਲਵਿੰਦਰ ਮੈਮ ਨੂੰ, ਤਾਂ ਕੰਮ ਆਉਂਦਾ ਮੈਨੂੰ ਤਾਂ ਕੰਮ ਹੀ ਨਹੀਂ ਆਉਂਦਾ ਸੀ, ਮੈਨੂੰ ਸਭ ਤੋਂ ਵੱਧ ਡਾਂਟ ਇਸੇ ਕਰਕੇ ਪੈਂਦੀ ਸੀ। ਅੱਛਾ, ਕਦੇ ਘਰ ਦਾ ਕੰਮ ਸਿੱਖਣਾ ਹੀ ਨਹੀਂ, ਸਿੱਖਣਾ ਹੀ ਨਹੀਂ ਤੁਹਾਨੂੰ? ਹਾਲੇ ਵੀ ਨਹੀਂ ਆਉਂਦਾ ਕੰਮ? ਹਾਲੇ ਤਾਂ ਮੈਨੂੰ ਬਹੁਤ ਆਉਂਦਾ ਹੁਣ। ਅੱਛਾ ਫੇਰ ਠੀਕ ਆ, ਮੈਂ ਕਿਹਾ ਐਵੇਂ ਮੈਂ ਅੰਦਰ ਸਕੀਮਾਂ ਲਾਈ ਜਾਵਾਂ ਤੇ ਘਰੇ ਕੰਮ ਕਰ। ਗਲਤ ਚ ਨਹੀਂ, ਮੈਨੂੰ ਕੁਛ ਨਹੀਂ ਆਉਂਦਾ, ਕੁਛ ਨਹੀਂ ਆਉਂਦਾ ਨਾ। ਮੇਰੇ ਹਸਬੈਂਡ ਹੀ ਖਾਣਾ ਬਣਾਉਂਦੇ ਨੇ, ਉਹੀ ਕੱਪੜੇ ਧੋਂਦੇ ਨੇ, ਉਹੀ ਪੋਚੇ ਲਾਉਂਦੇ ਨੇ। ਨਹੀਂ ਬਿਲਕੁਲ ਸਹੀ ਆ, ਫਿਰ ਤਾਂ ਤੁਸੀਂ ਸੇਮ ਟੂ ਸੇਮ ਮੇਰੇ ਵਰਗੇ, ਅਸੀਂ ਵਿਹਲੇ ਬਹਿ ਕੇ ਖਾਇਆ ਕਰਾਂਗੇ, ਇਕੱਠੇ ਗੱਲਾਂ ਮਾਰਿਆ ਕਰਾਂਗੇ। ਅੱਛਾ ਠੀਕ ਹੈ, ਮੈਨੂੰ ਇਹ ਦੱਸੋ ਕਿ ਜ਼ਿਆਦਾਤਰ ਨਾ ਵੈਸੇ ਸਾਰੀਆਂ ਮੰਮੀਆਂ ਕੰਪੈਰੀਜ਼ਨ ਕਰਦੀਆਂ, ਫਲਾਣੇ ਦਾ ਮੁੰਡਾ ਇੱਦਾਂ, ਤੇਰੀ ਉਹਦਾ ਮੁੰਡਾ ਇੱਦਾਂ, ਤੇਰੀ ਕਲਾਸ ਦਾ ਮੋਨੀਟਰ ਇੱਦਾਂ, ਹੈ ਨਾ। ਖਾਸ ਤੌਰ 'ਤੇ ਜਦੋਂ ਪੀਟੀਐਮ 'ਤੇ ਜਾਂਦੇ ਪੇਰੈਂਟਸ ਟੀਚਰ ਮੀਟਿੰਗ 'ਤੇ, ਤੁਹਾਡੇ ਮੰਮੀ ਨੇ ਕਦੇ ਤੁਹਾਡਾ ਕੰਪੈਰੀਜ਼ਨ ਨਹੀਂ ਕੀਤਾ? ਹਮੇਸ਼ਾ ਕੀਤਾ। ਉਹ ਕਿਹਦੇ ਨਾਲ? ਗਵਾਂਢੀਆਂ ਦੇ ਮੁੰਡੇ ਨਾਲ। ਗਵਾਂਢੀਆਂ ਦਾ ਮੁੰਡਾ ਯੇ, ਗਵਾਂਢੀਆਂ ਦਾ ਮੁੰਡਾ ਵੋ। ਮੈਨੂੰ ਇੱਕ ਵਾਰੀ ਨਾ ਮੇਰੇ ਦਿਲ 'ਚ ਆਈ ਸੀ ਗੱਲ ਕਿ ਕਾਸ਼ ਮੈਂ ਵੀ ਗਵਾਂਢੀਆਂ ਦਾ ਮੁੰਡਾ ਹੁੰਦਾ। ਅਤੇ ਤੁਸੀਂ ਗਵਾਂਢੀ ਹੈਗੇ ਹੀ ਹੋ ਆਪਦੇ ਗਵਾਂਢੀਆਂ ਲਈ? ਮਤਲਬ ਮੈਂ ਓਬਵੀਅਸਲੀ ਤੁਹਾਡੇ ਜਿਹੜੀ ਤੁਹਾਡੇ ਗਵਾਂਢੀਆਂ ਦੀ ਮੰਮੀ ਹੈ, ਉਹ ਆਪਦੇ ਮੁੰਡੇ ਨੂੰ ਕਹਿੰਦੀ ਹੋਣੀ ਗਵਾਂਢੀਆਂ ਦਾ ਮੁੰਡਾ, ਗਵਾਂਢੀਆਂ ਦਾ ਮੁੰਡਾ। ਅੱਛਾ, ਪਰ ਉਹਦੀ ਮੰਮੀ ਫਿਰ ਵੀ ਐਂ ਕਹਿੰਦੀ ਗਵਾਂਢੀਆਂ ਦਾ ਮੁੰਡਾ, ਗਵਾਂਢੀਆਂ ਦਾ ਮੁੰਡਾ। ਓ ਪਤਾ ਨਹੀਂ ਉਹਨਾਂ ਦੀ ਮੰਮੀ ਏਦਾਂ ਕਿਉਂ ਬੋਲਦੀ। ਮਤਲਬ ਸਾਰੇ ਪਾਸੇ ਮੈਂ ਸੈੱਟ ਨਹੀਂ ਹੋਣਾ, ਪੱਕੀ ਗੱਲ ਆ, ਸੈੱਟ ਨਹੀਂ ਹੋਣਾ ਨਾ। ਬਸ ਫਿਰ ਮੇਰੇ ਬਾਰੇ ਨਹੀਂ ਸੋਚਣਾ, ਮੈਂ ਨੈਕਸਟ ਕਾਲਰ ਨਾਲ ਗੱਲ ਕਰ। ਉਹ ਸੈੱਟ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਵਰਿੰਦਰ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਸਰ, ਕੀ ਹਾਲ ਚਾਲ? ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਪੋਲਟੀ ਮੰਮ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਕੀ ਹਾਲ ਹੈ ਪੋਲਟੀ ਮੰਮ? ਮੈਂ ਠੀਕ ਹਾਂ, ਤੁਸੀਂ ਸੁਣਾਓ? ਬਹੁਤ ਵਧੀਆ। ਅੱਜ ਫਿਰ ਅਸੀਂ ਗੱਲਾਂ ਕਰ ਰਹੇ ਹਾਂ ਮੰਮੀ ਦੀ ਡਾਂਟ ਦੀਆਂ। ਹਾਂਜੀ, ਮੰਮੀ ਦੀ ਡਾਂਟ ਕਿੱਦਾਂ ਦੀ ਪਈ ਹੈ ਔਰ ਕਿੰਨੀ ਕੁ ਪਈ ਹੈ? ਪਈ ਆ, ਬਹੁਤ ਪਈ ਆ, ਪੈਂਦੀ ਸੀ ਇਸ ਗੱਲ ਤੋਂ ਵੀ ਸਿਆਲ ਦੀਆਂ ਰਾਤਾਂ ਨੂੰ ਕਿ ਉਹ ਸਾਡੇ ਨਾ ਪਿੰਡ ਪੀਤੋ ਤਾਲ ਦੀ ਪੱਟੀ ਹੁੰਦੀ ਜਿੱਥੇ ਨਿਆਣੇ ਨਾ ਦਾਣੇ ਬਣਾਉਂਦੇ ਹੁੰਦੇ ਆ। ਹਾਂਜੀ, ਤੇ ਉਹ ਪੀਤੋ ਤਾਲ ਨੇ ਜਦੋਂ ਕਲੋਜ਼ ਕਰਕੇ ਚਲੇ ਜਾਣਾ ਤੇ ਰਾਤ ਨੂੰ ਮੰਡੀਰ ਪਿੰਡ ਦੀ ਉੱਥੇ ਪੱਟੀ ਦੇ ਉੱਤੇ ਬਹਿੰਦੀ ਹੁੰਦੀ ਸੀ, ਕਿਉਂਕਿ ਉਹਦੇ ਚ ਮੱਠੀ ਮੱਠੀ ਅੱਗ ਰਹਿੰਦੀ ਹੁੰਦੀ ਸੀ ਸਿਆਲ ਦੀਆਂ ਰਾਤਾਂ ਨੂੰ, ਤੇ ਉਹ ਗਰਮ ਨਾਲੇ ਤਾਂ ਉੱਥੇ ਉਹ ਸੇਕੀ ਜਾਣੀ ਭੱਟੀ ਦਾ ਸੇਕ ਆਈ ਜਾਣਾ, ਤੇ ਨਾਲੇ ਮੰਡੀਰ ਨੇ ਪੂਰੇ ਪਿੰਡ ਦੀਆਂ ਗੱਲਾਂ, ਅੱਜ ਪਿੰਡ 'ਚ ਕਿਹੜਾ ਵਿਆਹ ਹੋਇਆ, ਪਿੰਡ 'ਚ ਕੀ ਹੋਇਆ, ਚੰਗਾ ਮਾੜਾ, ਸਭ ਵਾਰਤਾਲਾਪ ਉੱਥੇ ਚੱਲਦੀ ਸੀ। ਤੇ ਕੁਛ ਬੱਚੇ ਵਿਗੜਦੇ ਵੀ ਸੀ ਉੱਥੇ, ਕਿਉਂਕਿ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ। ਬਚਪਨ 'ਚ ਉਹ ਚਸਕਾ ਪੈ ਗਿਆ ਸੀ ਭੱਟੀ 'ਚ ਬਹਿਣ ਦਾ, ਤੇ ਜਦੋਂ ਘਰ 11 ਵਜੇ ਰਾਤ ਨੂੰ ਆਉਣਾ ਤਾਂ ਫਿਰ ਛਤਰੌਲ ਉਹ ਪੈਂਦੀ ਸੀ ਨਾ ਪੁੱਛੋ ਨਾ। ਤੇ ਦੂਜਾ ਫਿਰ ਟੂਰਨਾਮੈਂਟ, ਗਰਮੀਆਂ ਨੂੰ ਟੂਰਨਾਮੈਂਟ ਬੜੇ ਚੱਲਦੇ ਸੀ, ਤੇ ਘਰ ਦੱਸਿਓ ਬਿਨਾਂ ਹੀ ਟੂਰਨਾਮੈਂਟ ਖੇਲਣ ਚੱਲ ਜਾਣਾ, ਤੇ ਗਾਂਹ ਤੇ ਗਾਂਹ ਦੂਜੀ ਐਂਟਰੀ ਹੋਰ ਕਿਤੇ ਦੀ ਵੀ ਦੇ ਦੇਣੀ, ਚਾਰ ਚਾਰ ਦਿਨ ਘਰ ਨਹੀਂ ਬਣਨਾ। ਫਿਰ ਉਹਨੇ ਘਰਦਿਆਂ ਨੇ ਦੇਖਣਾ, ਮਾਤਾ ਨੇ ਦੇਖਣਾ ਬਈ ਉਹਦਾ ਦੋਸਤ ਜਿਹੜਾ ਉਹ ਵੀ ਮੇਰੇ ਨਾਲ ਕੰਧਾਰੀ ਸੀਗਾ, ਤੇ ਉਹ ਹੈਗਾ ਤਾਂ ਫੇਰ ਤਾਂ ਇਹ ਗੁੰਮ ਆ, ਜੇ ਉਹ ਨਹੀਂ, ਜੇ ਉਹ ਵੀ ਨਹੀਂ ਆ ਤਾਂ ਫੇਰ ਦੋਨੋਂ ਹੀ ਟੂਰਨਾਮੈਂਟ ਗਏ ਆ। ਤੇ ਫਿਰ ਟੂਰਨਾਮੈਂਟ ਤੋਂ ਬਾਅਦ ਆ ਕੇ ਫਿਰ ਬਹੁਤ ਡਰਦੇ ਡਰਦੇ ਅੰਦਰ ਬੜੀ ਦਾ ਸੀ, ਤੇ ਬੜੀ ਪਰੇਡ ਹੁੰਦੀ ਸੀ, ਦੱਸ ਕੇ ਚੱਲ ਜਾਇਆ ਕਰੋ, ਕਰੋ ਘੱਟੋ ਘੱਟ। ਤੇ ਇਹ ਦੋ ਗੱਲਾਂ ਤੇ ਜ਼ਿਆਦਾ ਸਪਰੋਲ ਹੁੰਦੀ ਸੀ, ਬਾਕੀ ਤਾਂ ਨਹੀਂ। ਅੱਛਾ ਅੱਛਾ, ਗੁਰਦੀਪ ਸਰ ਕਦੇ ਕੰਧ ਟੱਪ ਕੇ ਵੀ ਜਾਣਾ ਪਿਆ ਕਿ ਗੇਟ ਹਮੇਸ਼ਾ ਖੁੱਲ੍ਹਾ ਹੀ ਮਿਲਿਆ? ਨਹੀਂ, ਬਹੁਤ ਵਾਰੀ, ਬਹੁਤ ਵਾਰੀ। ਇੱਕ ਨਾ ਸਾਡੀ ਕੰਧ ਨਹੀਂ ਟੱਪ ਹੁੰਦੀ ਸੀ, ਉੱਚੀ ਹੁੰਦੀ ਸੀ, ਸਾਡੇ ਦਾਦਾ ਜੀ ਦਾ ਇੱਕ ਹੋਰ ਦਾਦਾ ਜੀ ਸੀ, ਉਹਨਾਂ ਦਾ ਘਰ ਸੀ ਲਾਗੇ, ਤੇ ਉਹਦੇ ਕੰਧ ਛੋਟੀ ਹੁੰਦੀ ਸੀ ਇੱਕ ਪਾਸੇ ਤੋਂ, ਉਹ ਕੰਧ ਟੱਪ ਕੇ ਪਹਿਲਾਂ ਆਪਣੀ ਉਹਨਾਂ ਦੀ ਛੱਤ ਤੇ ਚੜ੍ਹਨਾ, ਉਹਨਾਂ ਦੀ ਛੱਤ ਤੋਂ ਫਿਰ ਆਪਣੀ ਛੱਤ ਤੇ ਜਾਣਾ, ਫਿਰ ਇੱਕ ਪੌੜੀਆਂ ਸੀ ਸਾਡੇ ਘਰ, ਉਹ ਪੌੜੀਆਂ ਉੱਤਰ ਕੇ ਵੇ ਵਿਹੜੇ ਦੇ ਵਿੱਚ ਵੜਨਾ। ਓ ਮਾਈ ਗੋਡ, ਟੱਪ ਕੇ ਉੱਧਰ ਵੀ ਆਉਣਾ ਪੈਂਦਾ ਸੀ ਦੂਰ ਦੀ, ਤੇ ਵਗਲ ਕੇ, ਪਰ ਕੋਟੇ ਕੋਟੇ ਹੀ ਆ ਜਾਂਦੇ ਸੀ ਆਪਣੀ ਪੌੜੀ ਫਿਰ ਉੱਤਰ ਕੇ ਚੁੱਕ ਕੇ ਤੇ
ਡੰਡਾ ਤਿਆਰ ਹੁੰਦਾ ਸੀ, ਮਾਤਾ ਨੂੰ ਵਿੜਕ ਆ ਜਾਂਦੀ ਸੀ ਵੀ ਆ ਰਿਹਾ ਹੁਣ ਹੈ ਨਾ। ਰੋਕੀ ਬਣਾਉਂਦੀ ਹੈ ਤੇ ਬੇਲਣਾ ਬਗਾਵਾਂ ਚੱਲਦਾ ਸੀ, ਭੂਕਣਾ ਬਗਾਵਾਂ ਚੱਲਦਾ ਸੀ, ਲੱਤਾਂ ਦੇ ਕਈ ਵਾਰੀ ਵੱਜਿਆ ਕਈ ਵਾਰੀ ਕਿਤੇ ਵੱਜਿਆ, ਉਹ ਬਗਾਵਾਂ ਛੱਡ ਦਿੰਦੀ ਸੀ। ਬਾਕੀ ਜਦੋਂ ਕੇਸੀ ਬਣਾਉਂਦੀ ਸੀ ਉਦੋਂ ਵਾਲ ਬਹੁਤ ਪੱਟਦੀ ਸੀ, ਸਾਰੀ ਫਰਸਟ੍ਰੇਸ਼ਨ ਉਦੋਂ ਕੱਟਦੀ ਕੱਢਦੀ ਹੁੰਦੀ ਸੀ ਮਾਤਾ। ਜਦੋਂ ਕੇਸੀ ਬਣਾਉਣਾ ਨਾ ਪੁੱਟ ਪੁੱਟ ਵਾਲ ਪੁੱਟ ਪੁੱਟ, ਤੂੰ ਤੂੰ ਇਹ ਸਾਰੀਆਂ ਗੱਲਾਂ ਯਾਦ ਕਰਾਉਣੀਆਂ, ਤੂੰ ਆਹ ਕੀਤਾ ਤੂੰ ਆਹ ਕੀਤਾ ਤੂੰ ਆਹ ਕੀਤਾ, ਵਾਲ ਛੱਡਣੇ ਨੀ ਫਿਰ ਜਦੋਂ ਆ ਥੋੜਾ ਇੱਕ ਵਾਰੀ ਮੇਰੇ ਖਿਆਲ ਸੁਦਰਸ਼ਨ ਮੈਮ ਦੀ ਕਾਲ ਹੈ। ਸੁਦਰਸ਼ਨ ਮੈਮ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ? ਓਕੇ ਰੀਲੀ ਸੋਰੀ, ਤੁਹਾਡੀ ਕਾਲ ਜਿਹੜੀ ਆ ਡਿਸਕਨੈਕਟ ਕਰਨੀ ਪੈਣੀ ਹੈ ਮੈਨੂੰ। ਚਲੋ ਨੈਕਸਟ ਕਾਲ ਲੈਂਦੇ ਹਾਂ ਜੀ। ਹੈਲੋ ਹੈਲੋ, ਹਾਂਜੀ ਰਿੰਕੀ ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਵਿੰਦਰ ਜੀ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਸੁਣਾਓ ਕਿੱਦਾਂ ਜੀ? ਬੋਲਤੀ ਬੰਦ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਰੌਣਕ ਲਾ ਦਿੰਦੇ ਹੋ ਜਦੋਂ ਵੀ ਆਉਂਦੇ ਹੋ। ਥੈਂਕ ਯੂ। ਮੇਰੀ ਰੌਣਕ ਕਦੋਂ ਲੱਗਣੀ ਆ ਵਿਆਹ ਵਾਲੀ? ਉਹ ਵੀ ਕਰਾ ਦਾਂਗੇ, ਕੋਈ ਨੀ, ਪਹਿਲਾਂ ਭੈਣ ਦਾ ਤਾਂ ਹੋ ਜਾਵੇ, ਭਰਾ ਦਾ ਹਜੇ ਬਾਅਦ ਚ ਕਰਾਂਗੇ, ਪਹਿਲਾਂ ਕੁੜੀਆਂ ਦਾ ਕਰੀਦਾ ਪਤਾ। ਮੈਨੂੰ ਏਦਾਂ ਪਿਆਰ ਵੀ ਕੀਤਾ ਆ? ਹਾਂ ਮੈਂ ਦੱਸ ਰਿਹਾ, ਪਿਆਰ ਵੀ ਕੀਤਾ ਮੰਮੀ ਨੇ। ਡਾਂਟਾਂ ਤਾਂ ਪੈਂਦੀਆਂ ਆ, ਮੈਨੂੰ ਵੀ ਬਹੁਤ ਪਈਆਂ ਡਾਂਟਾਂ, ਹੁਣ ਕੀ ਕੀ ਦੱਸਾਂ, ਏਦਾਂ ਦਾ ਕਾਲ ਬਹੁਤ ਲੰਬੀ ਹੋ ਜਾਣੀ ਆ। ਪਰ ਕੋਈ ਇੱਕ ਅੱਧੀ ਤਾਂ ਸ਼ੇਅਰ ਕਰੋ ਜ਼ਰੂਰ। ਇੱਕ ਅੱਧੀ ਮੈਂ ਜ਼ਰੂਰ ਸ਼ੇਅਰ ਕਰੂੰਗੀ। ਡਾਂਟ ਮੈਨੂੰ ਮੇਰੀ ਮੰਮੀ ਤੋਂ ਬਹੁਤ ਜ਼ਿਆਦਾ ਪਈ, ਭੈਣਾਂ ਹੁੰਦੀਆਂ ਸੀ ਅਸੀਂ ਤਿੰਨ ਚਾਰ, ਲੜ ਪੈਣਾ ਫਿਰ ਉਹਦੇ ਕਰਕੇ ਜ਼ਿਆਦਾ ਡਾਂਟ ਪੈ ਜਾਣੀ। ਹੁਣ ਇੱਕ ਉਹ ਯਾਦ ਕਰਦੀ ਸੀ ਡਾਂਟ ਗੱਲ ਤੋਂ ਪਈ ਆ, ਮੇਰੀ ਮੰਮੀ ਨੇ ਮੈਨੂੰ ਇੱਕ ਦਿਨ ਇੰਨਾ ਡਾਂਟਿਆ ਨਾ, ਤੇ ਉਹ ਇੰਨੇ ਤੰਗ ਹੋ ਗਏ ਮੇਰੇ ਤੋਂ, ਮੈਨੂੰ ਕਹਿੰਦੇ ਮੈਂ ਤੇਰੀ ਵੱਡੀ ਭੈਣ ਅਜੇ ਕੁਆਰੀ ਬੈਠੀ, ਤੇ ਮੈਂ ਕਹਿੰਦੀ ਤੇਰਾ ਵਿਆਹ ਪਹਿਲਾਂ ਹੋ ਜਾਵੇ ਉਹਦਾ ਬਾਅਦ ਚ ਹੋਵੇ। ਮੰਮੀ ਦੀ ਖੁਆਇਸ਼ ਔਰ ਮੰਮੀ ਨੂੰ ਮੈਂ ਕਿਹਾ ਤੁਹਾਡੀ ਕਾਲੀ ਜਵਾਨ ਆ, ਕਿਉਂਕਿ ਜਿਹਨਾਂ ਦੀ ਕਾਲੀ ਜਵਾਨ ਹੁੰਦੀ ਉਹ ਜੋ ਮੂੰਹ ਚੋਂ ਕੱਢਦੇ ਉਹ ਪੂਰੀ ਹੋ ਜਾਂਦੀ ਆ। ਬਾਕੀ ਉਦਾਂ ਮੈਨੂੰ ਪਤਾ ਮੈਂ ਵੀ ਇੱਕ ਮਾਂ ਆ, ਮੈਂ ਵੀ ਆਪਣੇ ਬੱਚਿਆਂ ਨੂੰ ਬਹੁਤ ਡਾਂਟਦੀ ਆ, ਕਿਉਂਕਿ ਇੱਕ ਮਾਂ ਹੀ ਹੁੰਦੀ ਆ ਆਪਣੇ ਬੱਚਿਆਂ ਨੂੰ ਡਾਂਟ ਵੀ ਦਿੰਦੀ ਆ, ਪਿਆਰ ਵੀ ਕਰਦੀ ਆ, ਉਹਦੀ ਜ਼ਿੰਦਗੀ ਵੀ ਸਵਾਰਦੀ ਆ। ਅੱਛਾ ਹੁਣ ਤੁਹਾਡੇ ਮੰਮਾ ਨਾਲ ਤੁਹਾਡਾ ਕਿਵੇਂ ਦਾ ਬੌਂਡ ਹੈ? ਮੇਰੇ ਖਿਆਲ ਤੁਸੀਂ ਗਿਫਟ ਇੰਡੀਆ ਚ ਮੰਮਾ ਲਈ ਲੈ ਕੇ ਗਏ ਸੀ ਨਾ, ਪਾਪਾ ਲਈ ਤਾਂ ਲੈ ਕੇ ਨਹੀਂ ਗਏ? ਹਾਂ ਪਾਪਾ ਲਈ ਨੀ ਮੈਂ ਲੈ ਕੇ ਗਈ, ਮੰਮਾ ਲਈ ਲੈ ਕੇ ਗਈ ਆ, ਔਰ ਸਰਪ੍ਰਾਈਜ਼ ਸੀਗਾ, ਪਰ ਉਹਨਾਂ ਨੇ ਨਾ ਉਹ ਲਿਆ ਨੀ ਹੈਗਾ ਮੇਰੇ ਕੋਲ ਗਿਫਟ, ਕਹਿੰਦੇ ਹੁਣ ਉਹ ਹੈਗੇ 70 ਈਅਰਸ ਦੇ, 75 ਆ ਅਬਾਊਟ ਨਾ, ਉਹ ਕਹਿੰਦੇ ਹੁਣ ਮੈਂ ਇਹ ਗਿਫਟ ਲੈ ਕੇ ਕੀ ਕਰਨਾ ਆ, ਹੁਣ ਮੈਂ ਕਿਹੜਾ ਕਿਤੇ ਆਉਂਦੀ ਜਾਂਦੀ ਆ, ਕਿ ਮੈਂ ਇਹ ਵਾਲੀਆਂ ਜਿਹੜੀਆਂ ਤੂੰ ਮੇਲੇ ਲੈ ਕੇ ਆ ਮੈਂ ਪਾਵਾਂ ਕਿਸੇ ਨੂੰ, ਆਪਣੀਆਂ ਸਹੇਲੀਆਂ ਨੂੰ ਦਿਖਾਵਾਂ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਦਿਖਾਵਾਂ, ਉਹਨਾਂ ਨੇ ਮੇਰੇ ਕੋਲ ਲਿਆ ਨੀ ਆ, ਤੇ ਪਰ ਮੈਂ ਵੀ ਵਾਪਸ ਨੀ ਲੈ ਕੇ ਆਈ, ਮੈਂ ਕਿਹਾ ਤੁਸੀਂ ਰੱਖਣਾ ਆ ਔਰ ਪਾ ਕੇ ਜ਼ਰੂਰ ਇੱਕ ਵਾਰੀ ਦੇਖਿਓ। ਅੱਛਾ ਅਰੇ ਵਾਹ ਕੀ ਬਾਤ ਆ, ਇਹ ਦੇਖ ਲਓ ਪਿਆਰ ਤੇ ਹੁੰਦਾ ਹੀ ਆ ਨਾ, ਚਾਹੇ ਜਿੰਨੀ ਮਰਜ਼ੀ ਡਾਂਟ ਖਾਓ ਤੁਸੀਂ। ਹਾਂ ਨਹੀਂ ਹਜੇ ਸਾਡੀ ਮੰਮੀ ਜਿਹੜੀ ਆ ਹੁਣ ਤੱਕ ਵੀ ਉਹ ਹੈਗੇ ਕੋੜੇ ਸੁਭਾਅ ਦੇ, ਹੁਣ ਤੱਕ ਵੀ ਸਾਨੂੰ ਡਾਂਟ ਦਿੰਦੇ ਆ। ਅੱਛਾ ਕੋੜਾ? ਹਾਂ ਜੇ ਡਾਂਟਦੇ ਆ ਤੇ ਫਿਰ ਪਿਆਰ ਵੀ ਬਹੁਤ ਜ਼ਿਆਦਾ ਕਰਦੇ ਆ। ਕੁੜੀ ਸੁਭਾਅ ਕੱਬਾ ਹੀ ਚੱਕੀ ਫਿਰਦੀ ਆ। ਬਿਲਕੁਲ ਬਿਲਕੁਲ, ਆ ਮੇਰੀ ਮਾਂ ਤਾਂ ਹਜੇ ਵੀ ਬਹੁਤ ਗਰਮ ਸੁਭਾਅ ਦੇ ਆ, ਉਹਨਾਂ ਦਾ ਹਜੇ ਵੀ ਡਾਂਟ ਦਿੰਦੇ ਸਾਨੂੰ, ਹਜੇ ਵੀ ਸਾਨੂੰ ਆਪਣੀ ਮਾਂ ਤੋਂ ਕਿਸੇ ਵੇਲੇ ਡਰ ਲੱਗਣ ਲੱਗ ਜਾਂਦਾ। ਐਗਜ਼ੈਕਟਲੀ, ਬਿਕਾਜ਼ ਮਾਂ ਮਾਂ ਹੀ ਹੁੰਦੀ ਹੈ, ਦੇਖੋ ਗਲਤੀ ਜਦੋਂ ਕਦੇ ਹੋਵੇ ਉਹ ਤੇ ਫਿਰ ਡਾਂਟ ਤਾਂ ਪੈਣੀ ਹੈ। ਤੁਹਾਨੂੰ ਪਤਾ ਕਹਾਵਤ, ਮਾਂ ਦੀਆਂ ਗਾਲਾਂ ਘਿਓ ਦੀਆਂ ਨਾਲੀਆਂ। ਬਿਲਕੁਲ ਬਿਲਕੁਲ ਜੀ, ਚਲੋ ਥੈਂਕ ਯੂ ਸੋ ਮਚ ਰਿੰਕੀ ਮੈਮ, ਗੱਲ ਕਰਕੇ ਬਹੁਤ ਅੱਛਾ ਲੱਗਿਆ ਜੀ। ਥੈਂਕ ਯੂ ਜੀ ਕਾਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ। ਅੱਛਾ ਆਪਾਂ ਇੱਕ ਕਾਲ ਹੋਰ ਲੈ ਲਈਏ, ਬਿਕਾਜ਼ ਆਪਣੇ ਕੋਲ ਕਾਲਸ ਬਹੁਤ ਜ਼ਿਆਦਾ ਨੇ, ਫਟਾਫਟ। ਓਕੇ ਚਲੋ ਪਹਿਲਾਂ ਬ੍ਰੇਕ ਲੈ ਲੈਂਦੇ ਹਾਂ, ਬਿਕਾਜ਼ ਬ੍ਰੇਕ ਦਾ ਟਾਈਮ ਹੋ ਗਿਆ ਬੋਲਦੀ ਬੰਦ, ਯੂ ਨੋ। ਚਲੋ ਕਾਲ ਫਿਰ ਲੱਗ ਗਿਆ ਪਤਾ ਲਓ। ਅੱਛਾ ਤੇ ਮੈਨੂੰ ਇਹ ਗੱਲ ਦੱਸ ਬੋਲਦੀ ਬੰਦ, ਵੀ ਤੁਹਾਡੇ ਮੰਮਾ ਨੇ ਹਮੇਸ਼ਾ ਤੁਹਾਨੂੰ ਡਾਂਟੇ, ਕਦੇ ਪਿਆਰ ਦੀ ਕੋਈ ਗੱਲ ਨਹੀਂ ਕੀਤੀ, ਤੂੰ ਸਕੂਲੇ ਤਿਆਰ ਕਰਕੇ ਕੌਣ ਭੇਜਦਾ? ਮੰਮੀ। ਤੇ ਫਿਰ ਮੰਮੀ ਤੈਨੂੰ ਪਿਆਰ ਵੀ ਤੇ ਕਿੰਨਾ ਕਰਦੇ ਆ?
हाँ बस मैनू एक गल नहीं समझ आती कि प्यार दे वेच डांट क्यों होंदी है। हुण देखो उन्होंने मैनू अगर पटका बनना होवे तां कन्न फड़न दी की लोड़ है, वो भी एम रोड़ के है अच्छा। ना, ते जे बाय चांस हुण बाज दे नाल वार ठीक करन दे नक्क फड़न दी की लोड़ है, हुण जे शर्ट पुआनी बम रोड़न दी की लोड़ है। ਮਹੀ ਦੇ ਮੰਮੀ ਦੇ ਹੱਥ ਲੱਗਣਾ, ਫਿਰ ਮੰਮੀ ਨੇ ਅੱਗੇ ਪਿੱਛੇ ਕਸਰਾਂ ਵੀ ਤੇ ਪੂਰੀਆਂ ਕਰਨੀਆਂ ਨਾ। ਨਹੀਂ ਤੇ ਫਿਰ ਉਹ ਕਸਰ ਕਦੋਂ ਪੂਰੀ ਕਰਨੇ, ਮਤਲਬ ਜਦੋਂ ਵੀ ਦੇਖ ਲਓ ਮੰਮੀ ਕਦੀ ਵੇਲਣਾ ਛੱਡ ਕੇ ਮਾਰ ਦੋ, ਕਦੀ ਚੱਪਲ ਛੱਡ ਕੇ ਮਾਰ ਦੋ, ਕਦੀ ਕੁਛ ਤੇ ਕਦੀ ਕੁਛ। ਸ਼ੁਕਰ ਕਰੋ ਘੋਟਣਾ ਨਹੀਂ ਪਿਆ ਕਦੇ। ਪਿਆ ਸੀ ਉਹ ਅੱਛਾ, ਹੁਣ ਵੀ ਪੈਂਦਾ ਹੈਗਾ ਤੁਹਾਡੇ ਘਰ ਹਨਾ। ਹਾਂ ਉਹ ਮੰਮੀ ਨੇ ਸਪੈਸ਼ਲ ਓਕੇਜ਼ਨ ਵਾਸਤੇ ਰੱਖਿਆ ਹੋਇਆ। ਓਕੇ ਮੈਂ ਬਾਕੀ ਦੀਆਂ ਗੱਲਾਂ ਕਰੂੰਗੀ ਕੰਟੀਨਿਊ, ਬਟ ਕਾਲ ਲੈ ਲਾ ਇੱਕ ਮੈਂ। ਹੈਲੋ ਜਿਆਦਾ ਹੋ ਜਾਣਾ ਜਸਵਿੰਦਰ ਭੱਲੇ ਨੂੰ ਪੁੱਛਿਆ ਯਾਰ ਆਪਣੇ ਇੰਡੀਅਨ ਜਵਾਕਾਂ ਨੂੰ ਕਿਉਂ ਕੁੱਟਦੇ ਆ, ਤੇ ਉਹ ਕਹਿੰਦਾ ਕਿ ਇਸ ਕਰਕੇ ਕੁੱਟਦੇ ਆ ਉਹਨਾਂ ਨੂੰ ਸ਼ੋਰ ਹੁੰਦਾ ਆ ਕਿ ਦੂਜੀ ਗੱਲ ਹੈ ਜੀ, ਸਾਡਾ ਤਾਂ ਬਾਹਲਾ ਹੀ ਸਾਡੀ ਜਰਨੀ ਏਦਾਂ ਹੋਈ ਆ, ਜਦੋਂ ਛੋਟੇ ਹੁੰਦੇ ਸੀ ਅਸੀਂ ਤੇ ਮੰਮਾ ਨੇ ਨਾ ਸਾਨੂੰ ਇੱਕ ਹੁੰਦਾ ਨੀ ਪਲੰਗ ਜਿਹਾ ਉਹਦੇ ਵਿੱਚ ਜੂੜਾ ਸਾਡਾ ਪਾਉਂਦਾ, ਕਿਉਂਕਿ ਪਹਿਲਾਂ ਮੈਂ ਸਾਡੇ ਟਰਬਨ ਹੁੰਦਾ ਸੀ ਹਨਾ, ਸਾਰਿਆਂ ਦੇ ਜੂੜੇ ਰੱਖੇ ਹੁੰਦੇ ਸੀ ਸਾਡੇ ਭਰਾਵਾਂ ਦੇ, ਤੇ ਮੰਮਾ ਨੇ ਜਦੋਂ ਕੁੱਟਣਾ ਹੁੰਦਾ ਸੀ ਨਾ ਤੂੰ ਪਤਾ ਹੱਥ ਤਾਂ ਆਉਣੇ ਨੀ ਆ, ਤੇ ਮੰਮਾ ਨੇ ਪਹਿਲਾਂ ਹੀ ਜੂੜੇ ਫਾ ਲੈਣੇ, ਜੂੜੇ ਫੜ ਕੇ ਉੱਥੇ ਬੰਨ ਦੇਣੇ, ਔਰ ਫਿਰ ਮੰਮਾ ਨੇ ਰਾਜ ਪੂਰਾ ਜਿੱਦਾਂ ਨਾ ਸਾਡੇ ਜਿਹੜੇ ਆਸੇ ਪਾਸੇ ਵੀ ਸੀ ਨਾ ਉਹ ਸਾਡੇ ਮਾਮੇ ਸੀ, ਜਿੱਦਾਂ ਮਾਮੇ ਜਿੱਦਾਂ ਉਹ ਦੂਜੀ ਗੱਲ ਤੇ ਹੁਣ ਅਸੀਂ ਖੇਡਣ ਜਾਂਦੇ ਹੁੰਦੇ ਸੀ ਕ੍ਰਿਕਟ ਖੇਡਣ ਛੋਟੇ ਹੁੰਦੇ ਉਹ ਗੱਲ ਜਾਣਾ, ਤੇ ਜਾਂ ਅਸੀਂ ਕਬੱਡੀ ਨੂੰ ਬੜਾ ਗਾ ਪਾ ਲੈਂਦੇ ਹੁੰਦੇ ਸੀ, ਤੇ ਉਹ ਜਦੋਂ ਕੱਪੜੇ ਗੰਦੇ ਹੁੰਦੇ ਸੀ ਨਾ ਉਹ ਆ ਕੇ ਫਿਰ ਮੰਮਾ ਬਹੁਤ ਮਾਇੰਡ ਕਰਦੇ ਸੀ ਕਿ ਤੇਰੇ ਕੱਪੜੇ ਤੁਸੀਂ ਜਦੋਂ ਮੈਂ ਪਾਉਣੀ ਆ ਤੁਸੀਂ ਨਾਲ ਹੀ ਕ੍ਰਿਕਟ ਖੇਡਣ ਚੱਲ ਜਾਂਦੇ ਆ ਜਾਂ ਤੁਸੀਂ ਮਤਲਬ ਜਾਂ ਕੋਈ ਵੀ ਹੋਰ ਜਿੱਦਾਂ ਗੇਮ ਖੇਡਣ ਚੱਲਦੇ ਆ, ਉਹਦੇ ਕਰਕੇ ਫਿਰ ਸਾਨੂੰ ਬਾੜੀਆਂ ਜਿੱਦਾਂ ਮਤਲਬ ਰੱਜ ਕੇ ਪੈਂਦੀਆਂ, ਡੈਡੀ ਤੋਂ ਤਾਂ ਅਸੀਂ ਘੁੱਟ ਨਹੀਂ ਖਾਧੇ ਆ, ਹੁਣ ਮੈਂ ਕੀ ਕਹਾਂ। ਹਾਂਜੀ ਆਲਰਾਈਟ, ਹਾਂਜੀ ਚਲੋ ਥੈਂਕ ਯੂ ਸੋ ਮਚ ਸਰਜੀਤ ਜੀ ਕਾਲ ਕਰਨ ਲਈ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਕਦੇ ਇੱਦਾਂ ਤੁਹਾਡੇ ਨਾਲ ਵੀ ਹੋਇਆ ਕੁੱਟ, ਮਤਲਬ ਖੇਡਣ ਗਏ ਹੋ ਕੁੱਟ ਨਾ ਪਈ ਹੋਵੇ, ਕਦੇ ਵਾਪਸ ਆ ਟਾਈਮ ਨਾਲ ਆ ਜਾਂਦੇ ਸੀ ਫਿਰ ਕੁੱਟ ਨਹੀਂ ਪਈ, ਘੜੀਸਿਆ ਬੜਾ ਮੰਮੀ ਨੇ, ਜਿਹੜੇ ਗਰਾਊਂਡ 'ਚ ਗਿਆ ਹੁੰਦਾ ਸੀ ਉੱਥੇ ਪਹੁੰਚ ਕੇ ਲੱਤ ਤੋਂ ਫੜ ਕੇ ਪੂਰੇ ਘਰ ਤੱਕ ਘੜੀਸ ਕੇ ਮੰਮੀ ਲੈ ਕੇ ਆਉਂਦੇ ਸੀ, ਏਦਾਂ ਦੀ ਹਾਲਤ ਹੋ ਜਾਂਦੀ ਸੀ ਕਿ ਕੁੱਟ ਦੀ ਲੋੜ ਹੀ ਨਹੀਂ ਪੈਂਦੀ ਸੀ, ਸਾਰੀ ਕਸਰ ਉਹ 'ਚ ਪੂਰੀ ਹੋ ਜਾਂਦੀ ਹੈ ਪੂਰੀ ਦੀ ਪੂਰੀ। ਐਕਚੁਅਲੀ ਜਦੋਂ ਮੰਮੀ ਘੜੀਸ ਕੇ ਲਿਆਉਂਦੇ ਸੀ ਨਾ ਇੱਕ ਦੋ ਪੈਰ ਵੱਜ ਜਾਂਦੇ ਸੀ ਮੰਮੀ ਦੇ ਚੱਲਦੇ ਚੱਲਦੇ, ਉਹ ਆਊਚ ਉਹ ਆਊਚ, ਅਤੇ ਉਹ ਫਿਰ ਕੰਪਲੀਟ ਹੋ ਜਾਂਦਾ ਸੀ ਸਭ ਕੁਝ। ਓਕੇ ਹੈਲੋ, ਹੈਲੋ, ਹਾਂਜੀ ਗਿਆਨ ਸਿੰਘ ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤਰ, ਸਤਿ ਸ਼੍ਰੀ ਅਕਾਲ। ਅੰਕਲ ਬੜੇ ਖੁਸ਼ ਲੱਗ ਰਹੇ ਹੋ ਅੱਜ, ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਇੱਕ ਤਾਂ ਮੈਂ ਬੋਲਤੀ ਨੂੰ ਮੈਂ ਇਹ ਕਹਿੰਦੇ ਦੇਖਦਾ ਆ, ਇਹ ਕੁੜੀਆਂ 'ਚ ਕੁੜੀ ਆ ਤੇ ਮੁੰਡਿਆਂ 'ਚ ਮੁੰਡਾ ਤੇ ਬੁੱਢਿਆਂ 'ਚ ਬੁੱਢਾ ਹੈਗਾ, ਹਰ ਇੱਕ ਦੇ ਬਰਾਬਰ ਗੱਲ ਕਰਦਾ, ਇਹ ਕਿਸੇ ਕਿਸੇ ਸੋਸਾਇਟੀ ਚਲ ਜਾਏ ਉਹਦੇ ਬਰਾਬਰ ਦੀ ਗੱਲ ਇਹਨੂੰ ਆਉਂਦੀ ਆ, ਮੈਂ ਇਹ ਤਾਂ ਦੇਖ ਰਿਹਾ ਨੇ ਵੱਲ ਹਨਾ, ਹੈ ਸਾਡੇ ਦੇ ਪੋਤਿਆਂ ਪੜੋਤਿਆਂ ਵਰਗਾ ਆ, ਇਹ ਕੁੜੀਆਂ 'ਚ ਕੁੜੀ ਆ ਮੁੰਡਿਆਂ 'ਚ ਮੁੰਡਾ ਆ, ਜਵਾਨਾਂ 'ਚ ਜਵਾਨ ਆ ਬੁੱਢਿਆਂ ਬੁੱਢਾ, ਇਹਦੇ 'ਚ ਸਿਰ ਤੇ ਆ
ਮੈਨੂੰ ਬਹੁਤਾ ਹਾਸਾ ਇਹਦੇ ਵੱਲ ਦੇਖ ਕੇ ਆਣ ਡਿਆ ਹੈ ਨਾ, ਮੈਂ ਇਹਦੇ ਸਾਰੇ ਸ਼ੋਅ ਦੇਖਦਾ ਆ, ਕੁੜੀਆਂ ਚ ਕੁੜੀ ਬਣ ਜਾਂਦਾ ਹੈ, ਬੁੜੀਆਂ ਚ ਬੁੜੀ ਬਣ ਜਾਂਦਾ। ਚਲੋ ਇਸ ਕਰਕੇ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਨਾ, ਪਿਆਰਾ ਲੱਗਦਾ, ਪਿਆਰੀ ਲੱਗਦੀ ਹੈ ਨਾ। ਚਲੋ ਹੁਣ ਦੂਜੀ ਗੱਲ ਹੈਗੀ ਮਾਂ ਦੀ, ਪੁੱਤਰ ਮਾਂ ਦੀ ਜਗ੍ਹਾ ਤੇ ਦੁਨੀਆਂ ਦੇ ਰੱਬ ਤੋਂ ਦੂਜਾ ਨੰਬਰ ਮਾਂ ਦਾ ਜਾਂ ਕਿਸੇ ਦਾ ਨੀ ਹੈਗਾ। ਅਸੀਂ ਡਾਂਟਾਂ ਦੀਆਂ ਗੱਲਾਂ ਕਰਦੇ ਹਾਂ, ਮਾਂ ਕਦੀ ਨਜਾਇਜ਼ ਨੀ ਡਾਂਟਦੀ, ਜਦੋਂ ਬੱਚਾ ਕੋਈ ਗਲਤ ਕੰਮ ਕਰਦਾ ਉਦੋਂ ਹੀ ਡਾਂਟਦੀ ਆ, ਅਖੀਰੀ ਉਮਰ ਤੱਕ ਡਾਂਟਦੀ ਰਹਿੰਦੀ ਆ ਹਨਾ। ਤੇ ਇਸ ਕਰਕੇ ਅਸੀਂ ਮਾਂ ਦੀ ਬਦਨਾਮੀ ਕਰੀਏ, ਸਾਨੂੰ ਕੁੱਟਾਂ ਪਈਆਂ, ਜੇ ਆਪਾਂ ਇਸ ਨਾਲ ਸਹਿਮਤ ਨੀ ਹੈਗੇ, ਕਦੀ ਮਾਂ ਨੀ ਡਾਂਟਦੀ ਬਿਲਾ ਵਜ੍ਹਾ, ਠੀਕ ਨਹੀਂ ਹਨਾ। ਮਾਂ ਤੋਂ ਵੱਧ ਪਿਆਰ ਦੁਨੀਆਂ ਦੇ ਕੋਈ ਦੇ ਨੀ ਸਕਦਾ, ਠੀਕ ਨੀ, ਨਾ ਸਾਨੂੰ ਮਾਂ ਨੂੰ ਭੁੱਲਣਾ ਚਾਹੀਦਾ, ਠੀਕ ਨਹੀਂ। ਚਲੋ ਇਹ ਗਈ ਛੋਟੀ। ਅਕਬਰ ਬਾਦਸ਼ਾਹ ਦੇਖੋ ਜੀ, ਆਪਣੇ ਮੁਲਕ ਦਾ, ਪੂਰੇ ਮੁਲਕ ਦਾ ਬਾਦਸ਼ਾਹ ਸੀਗਾ, ਸਾਰੀ ਚੁੱਕ ਚੁੱਕ ਕੇ ਦੁਨੀਆਂ ਸਲਾਮਾਂ ਕਰਦੀ ਸੀ। ਜਿੱਦਣ ਉਹਦੀ ਮਾਂ ਮਰੀ ਆ, ਸਭ ਤੋਂ ਵੱਧ ਉਹ ਰੋਇਆ ਉਦਣ। ਸਾਰਿਆਂ ਨੇ ਪੁੱਛਿਆ ਵੀ ਅਕਬਰ ਬਾਦਸ਼ਾਹ, ਸਾਰੀ ਸੰਤਰਾ ਤੇਰੇ ਸਲਾਮਾਂ ਕਰਦੀ ਆ, ਇੰਨਾ ਕਿਉਂ ਰੋਇਆ ਤੂੰ? ਹੁਣ ਉਦਣ ਅਕਬਰ ਬਾਦਸ਼ਾਹ ਨੇ ਕਿਹਾ, ਅੱਜ ਅੱਕੂ ਕਹਿਣ ਵਾਲੀ ਮਾਂ ਮੇਰੀ ਚਲੇ ਗਈ ਆ, ਦੁਨੀਆਂ ਤੇ ਕੋਈ ਹੈ ਹੀ ਨੀ ਮੈਨੂੰ ਅੱਕੂ ਕਹਿਣ ਜੋਗਾ, ਠੀਕ ਨਹੀਂ। ਉਹ ਅੱਕੂ ਕਹਿ, ਉਹ ਅਕਬਰ ਨੂੰ ਅੱਕੂ ਕਹਿ ਕੇ ਬੁਲਾਉਂਦੀ ਸੀ। ਸੋ ਮਾਂ ਦਾ ਜਿਹੜਾ ਪਿਆਰ ਆ ਨਾ, ਉਹ ਨਾ ਉਹਦਾ ਕੋਈ ਆਸਾਨ ਦੇ ਪੂਰਾ ਕਰ ਸਕਦਾ ਮਾਂ ਦਾ, ਨਾ ਉਹਦਾ ਆਸਾਨ ਭਰਾਉਣਾ ਚਾਹੀਦਾ ਮਾਂ ਦਾ। ਮਾਂ ਜਿੰਨਾ ਪਿਆਰ ਕੋਈ ਦੇ ਵੀ ਨਹੀਂ ਸਕਦਾ। ਨਹੀਂ, ਮਾਂ ਦੀਆਂ ਚ ਆਪਾਂ ਗੱਲਾਂ ਕਰਦੇ ਹਾਂ, ਮਾਂ ਨੇ ਸਾਨੂੰ ਜੋ ਵੀ ਝਿੜਕਿਆ ਸਾਡੇ ਫਾਇਦੇ ਲਈ ਝਿੜਕਿਆ ਹੋਊਗਾ, ਅਸੀਂ ਮਾਇੰਡ ਨਹੀਂ ਕੀਤਾ, ਉਹਦੀ ਸ਼ਿਕਸ਼ਾ ਹੈ। ਹੁਣ ਤਾਈ ਸਾਡਾ ਪਰਿਵਾਰ ਜੇ ਇਕੱਠਾ ਹੈ ਤਾਂ ਮਾਂ ਦੀ ਸ਼ਿਕਸ਼ਾ ਨਾਲ ਇਕੱਠਾ ਸਾਡਾ ਪਰਿਵਾਰ, ਠੀਕ ਨਹੀਂ? ਠੀਕ ਨਹੀਂ। ਇਸ ਕਰਕੇ ਮਾਂ ਦੀ ਦੇਣੀ ਕੋਈ ਦੇ ਸਕਦਾ? ਕੋਈ ਨਹੀਂ ਦੇ ਸਕਦਾ। ਜੋ ਮਰਜ਼ੀ ਜ਼ਬਾਨੀ ਗੱਲਾਂ ਮਰਜ਼ੀ ਕਰ ਲਓ, ਅਸੀਂ ਭੁੱਲ ਜਾਂਦੇ ਮਾਂ ਪੇ ਨੂੰ, ਸਾਡੀ ਗਲਤੀ ਆ। ਅਸੀਂ ਮਾਂ ਪੇ ਨੂੰ ਬੁਰਾ ਭਲਾ ਵੀ ਕਈ ਲੋਕ ਸਾਡੇ ਕਹਿ ਦਿੰਦੇ ਆ, ਨਹੀਂ। ਸੋ ਮਾਂ ਦਾ ਮੁਕਾਬਲਾ ਕੋਈ ਨੀ ਗਾ, ਮਾਂ ਦਾ ਮੁਕਾਬਲਾ ਕੋਈ ਨੀ ਗਾ। ਤੇ ਇਹੋ ਜਿਹੇ ਧੀ ਪੁੱਤ ਜਿਹੜੇ ਹੈਗੇ, ਕੁੜੀਆਂ ਚ ਕੁੜੀ, ਮੁੰਡਿਆਂ ਚ ਮੁੰਡਾ, ਸਿਆਣਾ ਚ ਸਿਆਣਾ, ਕਰਨਾ ਚਾਹੀਦਾ ਜੇ ਮਾਂ ਆਉਂਦੀ ਤੇ ਕਿਥੋਂ ਹੁੰਦਾ, ਭੁੱਲਣਾ ਨੀ ਚਾਹੀਦਾ। ਜੇ ਮਾਂ ਹੋਈ ਤੇ ਹੋਇਆ, ਅੱਜ ਮਾਂ ਦਾ ਮੁਕਾਬਲਾ ਕਰੇ ਤਾਂ ਗੱਲ ਚੰਗੀ ਗੱਲ ਥੋੜੀ ਇਹਦੇ ਲਈ। ਜੇ ਮਾਂ ਦੀਆਂ ਝਿੜਕਾਂ ਗਿਣੇ ਤਾਂ ਮਾਂ ਦੀਆਂ ਮਾੜੀਆਂ ਗੱਲਾਂ ਗਿਣੇ, ਇਹਨੇ ਮਾੜੀ ਗੱਲ ਆ। ਅੱਛਾ ਹੁਣ ਦੱਸੋ, ਇੰਨੀਆਂ ਸਾਰੀਆਂ ਸਿਫਤਾਂ ਤੁਸੀਂ ਖੱਟ ਲਈਆਂ, ਹਨਾ, ਤੁਹਾਡੇ ਮੰਮਾ ਨੇ ਤੁਹਾਨੂੰ ਕਦੇ ਐਪਰੀਸ਼ੀਏਟ ਕੀਤਾ, ਕਦੇ ਪਿਆਰ ਕੀਤਾ ਤੁਹਾਨੂੰ? ਮੰਮਾ ਨੇ ਕੀਤਾ ਸੀ। ਕਦੋਂ? ਯਾਦ ਨਹੀਂ, ਬਹੁਤ। ਤੁਹਾਨੂੰ ਪਤਾ, ਇੱਕ ਵਾਰੀ ਮੈਨੂੰ ਇੰਨਾ ਬੁਖਾਰ ਤੇਜ ਹੋ ਗਿਆ ਸੀ, ਇੰਨਾ ਮੇਰੇ ਮੰਮੀ ਮੇਰੇ ਸਿਰਹਾਣੇ ਤੋਂ ਹੀ ਨੀ ਉੱਠੇ। ਅਰੇ ਵਾਹ, ਕੀ ਬਾਤ ਹੈ! ਫਿਰ ਯਕੀਨ ਹੋਇਆ ਕਿ ਵਾਕਈ ਮੰਮੀ ਤੁਹਾਡੇ ਹੀ ਨੇ? ਹਾਂ, ਮੈਨੂੰ ਫਿਰ ਯਕੀਨ ਹੋ ਗਿਆ, ਜਦੋਂ ਚਾਰ ਚਪੇੜਾਂ ਹੋਰ ਮਾਰੀਆਂ, ਕਿੱਦਾਂ ਚੜਾਇਆ ਈ ਬੁਖਾਰ, ਕਿੱਦਾਂ ਚੜ ਗਿਆ ਤੈਨੂੰ? ਮਤਲਬ ਮੈਨੂੰ ਹੁਣ ਇਹ ਸਮਝ ਨਹੀਂ ਆਈ, ਹੁਣ ਬੁਖਾਰ ਚੜਨ ਤੇ ਵੀ ਮੇਰੇ ਤੇ ਇਲਜ਼ਾਮ ਨਹੀਂ ਕਿਤੇ। ਇਸ ਕਰਕੇ ਤੇ ਬੁਖਾਰ ਨਹੀਂ ਚੜਾਇਆ ਸੀਗਾ, ਕੱਚ ਚ ਗੰਢਾ ਰੱਖ ਕੇ ਜਿਵੇਂ ਪੁਰਾਣੇ ਜ਼ਮਾਨੇ ਚ ਹੁੰਦਾ ਸੀ ਨਾ, ਫੜੇ ਗਏ, ਸਭ ਫੜੇ ਜਾਂਦੇ, ਸਭ ਫੜੇ ਜਾਂਦੇ। ਐਦਾਂ ਚੜਾਇਆ ਸਕੂਲ ਉਸ ਦਿਨ ਟੈਸਟ ਸੀ ਨਾ। ਫਿਰ ਵਾਕਈ ਮੰਮੀ ਨੇ ਸਹੀ ਸਵਾਲ ਪੁੱਛਿਆ ਸੀਗਾ? ਹਾਂ, ਮੰਮੀ ਨੇ ਦੇਖ ਲਿਆ ਸੀ ਐਕਚੁਅਲੀ, ਗੰਢੇ ਦੀ ਸਮੈਲ ਵੀ ਤੇ ਆਈ ਹੋਣੀ ਆ। ਸੱਚੀ ਬਹੁਤ ਪਿਆਰ ਕਰਦੇ ਨੇ। ਦੇਖੋ, ਜੇ ਮੇਰੇ ਮੰਮੀ ਮੈਨੂੰ ਪਿਆਰ ਨਾ ਕਰਦੇ ਹੁੰਦੇ, ਜਾਂ ਮੈਂ ਥੋੜਾ ਜਿਹਾ ਏਦਾਂ ਸੋਚਦਾ ਕਿ ਯਾਰ ਮੰਮੀ ਏਦਾਂ ਕਰਦੇ ਓਦਾਂ ਕਰਦੇ, ਤਾਂ ਮੈਂ ਸਾਰੀਆਂ ਗੱਲਾਂ ਓਪਨਲੀ ਨਾ ਕਹਿ ਸਕਦਾ, ਹਨਾ। ਹੁਣ ਮੈਨੂੰ ਡਰ ਹੋਣਾ ਚਾਹੀਦਾ ਸੀ ਮੰਮੀ ਨੇ ਮੈਨੂੰ ਕੁੱਟਣਾ। ਹਾਂ, ਸੱਚ ਮੰਮੀ ਨੇ ਕੁੱਟਣਾ, ਹੁਣ ਤਾਂ ਮੈਂ ਕਿੰਨਾ ਖੁਸ਼ ਬੋਲ ਗਿਆ। ਪਰ ਕਿਸੇ ਨੂੰ ਇਹ ਥੋੜੀ ਪਤਾ ਤੁਹਾਡੇ ਮੰਮਾ ਕੌਣ ਆ? ਪਰ ਮੰਮੀ ਨੂੰ ਤੇ ਪਤਾ ਨਾ ਮੈਂ ਉਹਨਾਂ ਦਾ ਮੁੰਡਾ। ਗੁਆਂਢੀਆਂ ਨੂੰ ਤੇ ਪਤਾ ਨਾ ਬੋਲਤੀ ਬੰਦ ਕਿਹਦਾ ਮੁੰਡਾ। ਜਦੋਂ ਮੈਂ ਕਿਤੇ ਖੱਪ ਪਾਉਂਦਾ ਹੋਵਾਂਗਾ ਕੁੱਟ ਖਾਂਦੇ ਹੋਏ,
ਲੋਕਾਂ ਨੇ ਕਹਿੰਦਾ ਰੋਜ਼ ਦਾ ਕੰਮ ਮੈਂ ਮੈਂ ਚਾਹੂੰਗੀ ਤੁਹਾਡੇ ਗਵਾਂਢੀ ਨਾ ਤੁਹਾਨੂੰ ਕੋਟ ਪਹਿਨ ਦੀ ਵੀਡੀਓ ਬਣਾ ਕੇ ਸਾਨੂੰ ਭੇਜਣ ਜਸ ਪੰਜਾਬੀ ਨੂੰ ਮੈਂ ਡੇਲੀ ਡੋਸ 'ਚ ਚਲਾਉਂਗੀ ਪਤਾ ਤੁਹਾਨੂੰ ਬੁਲਾ ਕੇ ਚਲਾਉਂਗੀ ਨਾਲੇ ਅੱਛਾ ਅੱਛਾ ਕਿਉਂ ਬੱਚੇ ਕੀ ਜਾਣ ਲੋਗੇ ਬੱਚੇ ਨੇ ਆਪਣੀ ਜਾਨ ਆਪ ਨਹੀਂ ਲਈ ਨਹੀਂ ਨਹੀਂ ਏਦਾਂ ਦਾ ਕੁਛ ਨਹੀਂ ਦੇਖੋ ਮੈਂ ਮੰਮੀ ਨੂੰ ਸੱਚੀ ਬਹੁਤ ਪਿਆਰ ਕਰਦਾ ਮੇਰੇ ਮੰਮੀ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ ਔਰ ਇਹ ਗੱਲ ਸੱਚ ਹੈ ਕਿ ਤੁਹਾਡੇ ਮਾਂ ਤੋਂ ਜ਼ਿਆਦਾ ਤੁਹਾਨੂੰ ਪਿਆਰ ਕੋਈ ਨਹੀਂ ਕਰ ਸਕਦਾ ਜ਼ਿੰਦਗੀ ਦੇ ਵਿੱਚ ਇਹ ਲਿਖ ਲਓ ਭਾਵੇਂ ਗੱਲ ਭਾਵੇਂ ਜਿੰਨੀ ਮਰਜ਼ੀ ਕੁੱਟ ਪਵੇ ਭਾਵੇਂ ਜਿੰਨੀ ਮਰਜ਼ੀ ਕੁੱਟ ਪਵੇ ਤੁਹਾਡੇ ਮੰਮੀ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਦੀ ਕੁੱਟ ਦੇ ਪਿੱਛੇ ਵੀ ਬਹੁਤ ਸਾਰਾ ਪਿਆਰ ਹੁੰਦਾ ਪਿਆਰ ਕਰਕੇ ਕੁੱਟ ਪੈਂਦੀ ਹੈ ਨਹੀਂ ਪਹਿਲੇ ਕੁੱਟ ਪੈਂਦੀ ਫਿਰ ਪਿਆਰ ਹੁੰਦਾ ਜਦੋਂ ਕਿਤੇ ਖੁਦ ਥੋੜੀ ਜਿਹੀ ਜ਼ਿਆਦਾ ਵੱਜੇ ਨਾ ਥਾਪੀ ਤੇ ਫਿਰ ਉਦੋਂ ਪਿਆਰ ਹੁੰਦਾ ਅੱਛਾ ਮੈਂ ਨਿਸ਼ਾਨ ਨਿਸ਼ੂਨ ਪੈ ਜਾਣ ਫਿਰ ਪੱਟੀਆਂ ਵੀ ਹੁੰਦੀਆਂ ਨੇ ਹਨਾ ਪੱਟੀਆਂ ਵਾਲਾ ਤੇ ਕੰਮ ਮੰਮੀ ਰੱਖਦੇ ਨੇ ਨਾ ਫੱਟੀਆਂ ਵਾਲਾ ਹੀ ਰੱਖੀ ਤੂੰ ਅੰਦਰ ਅੱਛਾ ਹੁਣ ਇੱਕ ਹੋਰ ਗੱਲ ਹੁੰਦੀ ਹੈ ਜੇ ਕਿਤੇ ਮੰਮੀ ਨੇ ਚਲਾਵਾਂ ਫੁੱਲ ਮਾਰਿਆ ਉਹ ਸੋਰੀ ਚਲਾਵੀਂ ਪੱਟੀ ਮਾਰੀ ਤੇ ਉਹ ਚੂਕ ਗਈ ਅੱਧਰ ਉੱਧਰ ਹੋ ਗਈ ਮੰਮੀ ਹੋਰ ਕੁੱਟ ਦੇ ਫਿਰ ਜ਼ਿਆਦਾ ਗੁੱਸਾ ਆਉਂਦਾ ਨਾ ਮੰਮੀ ਜ਼ਿਆਦਾ ਕੁੱਟਦੇ ਆ ਮੰਮੀ ਕਹਿਣਗੇ ਤੂੰ ਹਿੱਲਿਆ ਕਿੱਦਾਂ ਆਪਣੀ ਜਗ੍ਹਾ ਤੇ ਮੰਮੀ ਨੂੰ ਕਦੇ ਤੁਹਾਡੀ ਕੋਈ ਗੱਲ ਬੁਰੀ ਨਹੀਂ ਲੱਗੀ ਹਾਂ ਇੱਕ ਵਾਰੀ ਲੱਗੀ ਸੀ ਤੁਹਾਡੀ ਗੱਲ ਮੰਮੀ ਨੂੰ ਬੁਰੀ ਲੱਗੀ ਸੀ ਕਿਹੜੀ ਗੱਲ ਮੇਰੇ ਮੰਮੀ ਨੇ ਇੱਕ ਵਾਰੀ ਮੈਨੂੰ ਕਿਹਾ ਕਿ ਅੱਜ ਤੋਂ ਬਾਅਦ ਮੈਨੂੰ ਬੁਲਾਉਣ ਦੀ ਲੋੜ ਨਹੀਂ ਮੈਂ ਅੱਗੋਂ ਮੰਮੀ ਨੂੰ ਕਹਿ ਦਿੱਤਾ ਓਕੇ ਬਸ ਮੰਮੀ ਗੁੱਸਾ ਕਰ ਗਏ ਨਹੀਂ ਉਸ ਗੁੱਸੇ ਦਾ ਖਾਮਿਆਜ਼ਾ ਵੀ ਤੁਹਾਨੂੰ ਭੁਗਤਣਾ ਪਿਆ ਹੋਣਾ ਹਾਂ ਫਿਰ ਮੰਮੀ ਨੇ ਹੋਰ ਕੁੱਟਿਆ ਮੰਮੀ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਮਾਂ ਨਾਲ ਜ਼ੁਬਾਨ ਲੜਨ ਦੀ ਬੰਦ ਹੁੰਦੀ ਨੀ ਜਿਹੜਾ ਨਾਲ ਬੈਠਾ ਬੰਦਾ ਜਾਂ ਜਿਹੜਾ ਸੁਣਨ ਵਾਲਾ ਬੰਦਾ ਅਗਲੇ ਬੰਦੇ ਦੀ ਬੋਲਤੀ ਬੰਦ ਹੋ ਜਾਂਦੀ ਪਰ ਹਾਸਾ ਨੀ ਰੁਕਦਾ ਹੈ ਨਾ ਬੰਦੇ ਦਾ ਨੀ ਗਰਲ ਦਾ ਵੀ ਮਾਈ ਗਾਡ ਹਾਂ ਗਰਲ ਦਾ ਪਰ ਤੁਹਾਨੂੰ ਪਤਾ ਹੁਣ ਜਾਣ ਦਾ ਟਾਈਮ ਹੋ ਗਿਆ ਓ ਨੋ ਕਿਵੇਂ ਕੁੱਟ ਦੀਆਂ ਗੱਲਾਂ ਹੋਰ ਕਰਨੀਆਂ ਸੀ ਮੈਂ ਕੁੱਟਦੇ ਨਹੀਂ ਪ੍ਰੋਗਰਾਮ ਕਰਦੇ ਨਹੀਂ ਨਹੀਂ ਕੋਈ ਚੱਕਰ ਨਹੀਂ ਹੈ ਆਪਾਂ ਫਿਰ ਮਿਲਾਂਗੇ ਕੋਈ ਚੱਕਰ ਨਹੀਂ ਹੈ ਤੁਸੀਂ ਸਾਡੇ ਆਪਣੇ ਉਹ ਸ਼ੋਅ ਸਾਡਾ ਆਪਣਾ ਹੈਗਾ ਤੇ ਇਹਦੇ ਬਾਰੇ ਤੁਸੀਂ ਆਪਣਾ ਕੀ ਰਾਏ ਦੇਣਾ ਚਾਹੁੰਦੇ ਹੋ ਉਹ ਤੁਸੀਂ info@justbroadcasting.com ਦੇ ਉੱਤੇ ਦੇ ਦੇਣਾ ਦੇਖਿਆ ਮੈਂ ਕਿੰਨਾ ਆਸਾਨ ਕਰਤਾ ਤੁਹਾਡਾ ਐਗਜੈਕਟਲੀ ਸਾਰੀਆਂ ਗੱਲਾਂ ਇਹਨੇ ਕਰਤੀਆਂ ਜਿਹੜੀਆਂ ਮੈਂ ਕਰਨੀਆਂ ਸੀ ਇਸ ਕਰਕੇ ਮੈਂ ਸਿਰਫ ਓਕੇ ਬਾਏ ਬਾਏ ਕਹੂੰਗੀ ਠੀਕ ਹੈ ਠੀਕ ਹੈ ਓਕੇ ਬਾਏ ਬਾਏ ਹੈ ਨਾ ਕੁੱਟ ਖਾਣੀ ਨਹੀਂ ਕਰ ਜਾਗੇ ਨਹੀਂ ਨਹੀਂ